ਜਸ ਟੀਵੀ ਦੇਖ ਰਹੇ ਤੁਸੀਂ ਮੈਂ ਕੇਪੀ ਸਿੰਘ ਤੁਹਾਡਾ ਸਵਾਗਤ ਕਰਦਾ। 2014 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਐਲਾਨ ਹੋਇਆ ਸੀਗਾ 15 ਲੱਖ ਵਾਲਾ, 15 ਲੱਖ ਤੁਹਾਡੇ ਖਾਤੇ ਵਿੱਚ ਆ ਜਾਣ ਕੇ। ਉਸ ਐਲਾਨ ਤੋਂ ਬਾਅਦ ਬਹੁਤ ਸਾਰੀ ਸਿਆਸਤ ਹੋਈ, 15 ਲੱਖ ਪਤਾ ਨਹੀਂ ਆਉਣੇ ਕਿ ਨਹੀਂ ਆਉਣਗੇ, ਅੱਜ ਤੱਕ ਨਹੀਂ ਪਤਾ ਲੱਗਿਆਗਾ। ਸਵਾਲ ਇਹ ਹੈਗਾ ਹੁਣ ਕਿਹਾ ਜਾ ਰਿਹਾ 72,000 20% ਭਾਰਤ ਦੇ ਬਸ਼ਿੰਦਿਆਂ ਦੇ ਖਾਤੇ ਵਿੱਚ ਆ ਜਾਣਗੇ। ਇਸ ਸਭ ਦੇ ਵਿਚਾਲੇ ਸਿਆਸਤ ਗਰੀਬ 'ਤੇ ਹੋ ਰਹੀ ਹੈ, ਗਰੀਬ ਨੂੰ ਗਰੰਟੀ ਦਿੱਤੀ ਜਾ ਰਹੀ ਹੈ ਅਤੇ ਉਸ 'ਤੇ ਗਦਰ ਮੱਚਿਆ ਹੋਇਆ, ਰਾਜਨੀਤੀ ਹੋ ਰਹੀ ਹੈ ਅਤੇ ਰਾਜਨੀਤੀ ਦੇ ਵਿਚਾਲੇ। ਅਸੀਂ ਇੱਕੋ ਸਵਾਲ ਪੁੱਛਾਂਗੇ, ਕਿਸ ਦੀ ਗਰੰਟੀ ਮੰਨੇ ਗਰੀਬ? 20% ਪਰਿਵਾਰੋਂ ਕੋ ਸਾਲ ਕਾ 72,000 ਰੁਪਏ ਮਿਲੇਗਾ। ਇਹ ਸਭ 'ਤੇ ਸਿਆਸਤ ਹੋ ਰਹੀ ਹੈ। ਰਾਹੁਲ ਗਾਂਧੀ ਜੋ ਬਿਆਨ ਦਿੰਦੇ ਆ ਅਤੇ ਬਿਆਨ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਪਲਟਵਾਰ ਕਰਦੀ ਹੈ ਅਤੇ ਉਸ ਤੋਂ ਬਾਅਦ ਇੱਕ ਹੋਰ ਬਿਆਨ ਕਾਂਗਰਸ ਆਉਂਦਾ ਰਣਦੀਪ ਸੁਰਜੇਵਾਲਾ ਦਿੰਦੇ ਹੈਗੇ ਆ। ਪਹਿਲਾਂ ਉਹ ਸਾਰੇ ਬਿਆਨ ਸੁਣ ਲਏ ਕਿ ਅਗਰ ਆਪ ਹਿੰਦੁਸਤਾਨ ਮੇਂ ਆਜ ਇੱਕ ਮਿਨੀਮਮ ਇਨਕਮ ਸੇ ਕਮ ਆਪਕੀ ਆਮਦਨੀ ਹੈ ਤੋ ਫਿਰ ਆਪ ਗਰੀਬੀ ਸੇ ਨਿਕਲ ਹੀ ਨਹੀਂ ਸਕਤੇ ਹੋ। ਤੋ ਹਮ ਆਈਡੈਂਟੀਫਾਈ ਕਰਨਾ ਚਾਹਤੇ ਹੈ ਇਸ ਦੇਸ਼ ਮੇਂ ਸਬਸੇ ਗਰੀਬ ਲੋਕ ਕੌਣ ਹੈ ਔਰ ਏਕ ਬਾਰ ਹਮ ਉਨਕੋ ਗਰੀਬੀ ਸੇ ਨਿਕਾਲਨਾ ਚਾਹਤੇ ਹੈਂ, ਖਤਮ ਕਰਨਾ ਚਾਹਤੇ ਹੈਂ। ਪਾਖੰਡੀ ਮੋਦੀ ਜੀ, 3,17,000 ਕਰੋੜ ਇੱਕ ਮੁੱਠੀ ਭਰ ਪੂੰਜੀਪਤੀਓ ਕਾ ਮਿੱਤਰੋ ਕਾ ਮਾਫ ਤੋ ਕਰ ਸਕਤੇ ਹੈ ਪਰੰਤੂ ਆਪਕੋ 72,000 ਰੁਪਿਆ ਇਸ ਦੇਸ਼ ਕੇ 20% ਗਰੀਬੋਂ ਕੋ ਪਰ ਕੋ ਦੇਨੇ ਪਰ ਇਤਰਾਜ਼ ਕਿਉਂ ਹੈ? ਜੀ ਵੀ ਆਪ ਚੁਣਾਵੀ ਚੌਪਾਲ ਪੇ ਚਕਲਸ ਕਰ ਲੋ, ਚੁਣਾਵੀ ਚੌਪਾਲ ਕੀ ਚੋਚਲੇ ਦਿਖਾ ਦੋ, ਨਾਰੇ ਦੇ ਦੋ, ਗ੍ਰੈਂਡ ਰੋਲ ਨਾਰੇ ਕੋ ਬ੍ਰੈਂਡ ਨਿਊ ਪੈਕੇਜਿੰਗ ਕਰਕੇ ਸਾਹਮਣੇ ਰੱਖ ਦੋ, ਉਸ 'ਤੇ ਕੋਈ ਫਰਕ ਨਹੀਂ ਪੜਨੇ ਵਾਲਾ। ਆਈ ਥਿੰਕ ਇੰਦਰਾ ਗਾਂਧੀ ਹੈਜ਼ ਰੇਜ਼ਡ ਦ ਸਲੋਗਨ ਆਫ ਗਰੀਬੀ ਹਟਾਓ ਹਰ ਗ੍ਰੈਂਡ ਮਦਰ ਵੇ ਬੈਕ ਇਨ 1971 ਵੀ ਥਾਟ ਪਾਵਰਟੀ ਹੈਡ ਬੀਨ ਰਿਮੂਵਡ ਬਟ ਨਥਿੰਗ ਹੈਪਨ। ਗਰੀਬੀ ਹਟਾਨੇ ਕੇ ਨਾਮ ਪਰ ਚੁਣਾਵ ਜੀਤੀ ਥੀ, ਗਰੀਬੀ ਹਟਾਓ ਉਸਕਾ ਮੁੱਖ ਮਾਰਾ ਦਾਰਾ ਥਾ ਜੋ ਆਜ ਤੱਕ ਲੋਕੋ ਕੋ ਸਮਰਨ ਹੈ, ਲੇਕਿਨ ਉਨ੍ਹੋਂਨੇ ਗਰੀਬੀ ਹਟਾਨੇ ਕੇ ਲੀਏ ਜੋ ਆਵਸ਼ਕ ਚੀਜ਼ ਹੈ ਕਿ ਅਰਥ ਵਿਵਸਥਾ ਬੜੇ, ਸਮਾਜ ਮੇਂ ਆਮਦਨੀ ਬੜੇ, ਜਨਰੇਸ਼ਨ ਆਫ ਵੈਲਥ ਹੋ ਔਰ ਉਸ ਵੈਲਥ ਕਾ ਡਿਸਟ੍ਰੀਬਿਊਸ਼ਨ ਹੋ ਨਿਆਏ ਕੇ ਲੀਏ। ये उनकी नीति नहीं थी। अभी राहुल बाबा कहते हैं मैं गरीबी हटाऊंगा, हटा सकते हैं क्या? हटा सकते हैं मित्रों? गरीबी इन्होंने देखी है नहीं है। ਵੱਡਾ ਸਵਾਲ ਇੱਕੋ ਪੁੱਛਾਂਗੇ, ਵੱਡਾ ਸਵਾਲ ਇਸ ਡਿਬੇਟ ਦੇ ਵਿੱਚ ਇਹ ਪੁੱਛਿਆ ਜਾਵੇਗਾ, ਅਮੀਰਾਂ ਤੇ ਗਰੀਬਾਂ ਲਈ ਇੱਕ ਮੁਲਕ ਵਾਲੀ ਗਰੰਟੀ ਪੂਰੀ ਹੋਣ ਦੀ ਕੀ ਗਰੰਟੀ ਆ? ਇਸ ਸਵਾਲ ਤੇ ਬਹਿਸ ਕਰਾਂਗੇ। ਖਾਸ ਪੈਨਲ ਸਾਡੇ ਨਾਲ ਮੌਜੂਦ ਹੈਗਾ, ਉਹਨਾਂ ਦਾ ਤਾਰੁਫ ਕਰਾ ਰਿਹਾ। ਡਾਕਟਰ ਪਹਿਲਾ ਗਰਗ, ਇਹ ਮਾਹਰ ਦੇ ਤੌਰ ਤੇ ਸਾਡੇ ਨਾਲ ਮੌਜੂਦ ਰਹਿਣਗੇ। ਗਰਗ ਸਾਹਿਬ ਤੁਹਾਡਾ ਬਹੁਤ ਸਵਾਗਤ ਹੈ। ਹਰਜੀਤ ਸਿੰਘ ਭੁੱਲਰ ਭਾਰਤੀ ਜਨਤਾ ਪਾਰਟੀ ਦੇ ਬੁਲਾਰੇ, ਭੁੱਲਰ ਸਾਹਿਬ ਤੁਹਾਡਾ ਬਹੁਤ ਸਵਾਗਤ ਹੈ। ਗੁਰਵਿੰਦਰ ਸਿੰਘ ਬਾਲੀ ਕਾਂਗਰਸ ਦੇ ਬੁਲਾਰੇ ਆ, ਬਾਲੀ ਸਾਹਿਬ ਤੁਹਾਡਾ ਬਹੁਤ ਸਵਾਗਤ ਹੈ। ਪ੍ਰੋਫੈਸਰ ਮਨਜੀਤ ਸਿੰਘ, ਸਿਆਸੀ ਜਾਣਕਾਰ ਤੇ ਉੱਤੇ ਸਾਡੇ ਮੌਜੂਦ ਰਹਿਣਗੇ। ਪ੍ਰੋਫੈਸਰ ਮਨਜੀਤ ਸਿੰਘ ਤੁਹਾਡਾ ਬਹੁਤ ਸਵਾਗਤ ਹੈ। ਸਭ ਤੋਂ ਪਹਿਲਾਂ ਸਵਾਲ ਤੁਹਾਨੂੰ ਕਰਨਾ ਚਾਹੂੰਗਾ ਬਾਲੀ ਸਾਹਿਬ, ਤੁਹਾਡੀ ਪਾਰਟੀ ਨੇ ਇੱਕ ਬਹੁਤ ਵੱਡਾ ਐਲਾਨ ਕੀਤਾ ਹੈਗਾ। ਇਸ ਐਲਾਨ ਦੇ ਨਾਲ ਵਿਰੋਧੀਆਂ ਨੇ ਤੁਹਾਡੇ 'ਤੇ ਸਵਾਲ ਚੁੱਕਣੇ ਸੀਗੇ, ਲਾਜ਼ਮੀ ਚੁੱਕੇ ਆ। ਸਵਾਲ ਸਿੰਪਲ ਜਿਹਾ, ਕਿਤੇ ਜੁਮਲਾ ਤਾਂ ਨਹੀਂ? ਦੇਖੋ ਗੱਲ ਸੁਣੋ ਜੀ, ਅਸੀਂ ਇੱਕ ਗੱਲ ਕਰੀਏ, ਅਗਰ ਕਾਂਗਰਸ ਪਾਰਟੀ ਦੇ ਅਧਿਆਕਸ਼ ਜਿਹੜੇ ਨੇ ਆਲ ਇੰਡੀਆ ਦੇ ਰਾਹੁਲ ਗਾਂਧੀ ਜੀ, ਅਗਰ ਉਹਨਾਂ ਨੇ ਕੋਈ ਗੱਲ ਕੀਤੀ ਹੈ ਤਾਂ ਜੀ ਕੋਈ ਸੱਚਾਈ ਤਾਂ ਹੋਏਗੀ ਨਾ ਜੀ, ਕੋਈ ਗੱਲ ਤਾਂ ਹੋਏਗੀ। ਕੋਈ ਪ੍ਰੈਕਟੀਕਲੀ ਗ੍ਰਾਸਰੂਟ ਲੈਵਲ 'ਤੇ ਜਾ ਕੇ ਉਹਨਾਂ ਨੇ ਅਗਰ ਕੋਈ ਉਹਦਾ ਅਧਿਐਨ ਕੀਤਾ ਜਾਂ ਉਸ ਚੀਜ਼ ਦਾ ਐਕਸਪੀਰੀਅੰਸ ਲਿਆ ਜਾਂ ਜਗ੍ਹਾ ਜਗ੍ਹਾ ਅੱਜ ਮੁਲਕ ਦੇ ਅੰਦਰ ਉਹ ਜਾ ਰਹੇ ਨੇ, ਉਹਨਾਂ ਨੇ ਲਿਆ ਅਤੇ ਉਹਨਾਂ ਨੇ ਦਿੱਤਾ ਵੀ ਆਪਾਂ ਗਰੀਬੀ 'ਚੋਂ ਲੋਕਾਂ ਨੂੰ ਕੱਢਣਾ ਕਿਵੇਂ ਹੈ, ਉਹਦਾ ਕਾਰਨ ਕੀ, ਇੱਕ ਵਾਰੀ ਤੂੰ ਉਸ ਜਗ੍ਹਾ 'ਤੇ ਆ ਜਾਣ ਅਤੇ ਰੋਟੀ ਖਾਣ ਜੋਗੇ ਹੋ ਜਾਣ ਉਹ। ਉਸ ਤੋਂ ਬਾਅਦ ਦੇਖੀ ਜਾ ਕਿ ਅਗਲੇ ਅਗਲੇ ਜਿੱਦਾਂ ਜਿੱਦਾਂ ਸਕੀਮਾਂ ਬਣਨਗੀਆਂ ਜਦੋਂ ਹਿੰਦੁਸਤਾਨ ਦੀ ਗੌਰਮੈਂਟ ਬਦਲਦੀ ਹੈ, ਕੁਛ ਤਾਂ ਆਏਗਾ, ਮਗਰ ਇੱਦਾਂ ਦਾ ਤਾਂ ਬਿਲਕੁਲ ਵੀ ਨਹੀਂ ਹੋਏਗਾ ਕਿ ਆਪਾਂ 15 ਲੱਖ ਰੁਪਈਆ ਕਹਿ ਕੇ ਅਤੇ ਉਦੋਂ ਬਾਅਦ ਆਪਾਂ ਪੱਲਾ ਝਾੜ ਦੇਵਾਂਗੇ। ਪਹਿਲੇ ਉਹਨਾਂ ਨੂੰ ਕਹਿੰਦੇ ਸੀ ਪੱਪੂ ਅਤੇ ਹੁਣ ਬਾਬਾ 'ਤੇ ਆ ਗਏ ਨੇ, ਮਾਨਯੋਗ ਅਮਿਤ ਸ਼ਾਹ ਜੀ ਉਹਨਾਂ ਨੂੰ ਆਹ ਗੱਲ ਕਹਿ ਰਹੇ ਹੈਗੇ ਨੇ ਅਤੇ ਉਹਨਾਂ ਨੇ ਪੱਪੂ ਨੇ ਪਾਪਾ ਬਣ ਕੇ ਵਿਖਾਤਾ ਅਤੇ ਹੁਣ ਜਿਹੜਾ ਮੈਂ ਕੀ ਵਰਡ ਕਹਾਂ ਕਿ ਜਿਹੜਾ ਬਾਬਾ ਕਹਿ ਰਹੇ ਨੇ ਅਤੇ ਹੁਣ ਕੀ ਬਣ ਕੇ ਦਿਖਾਉਣਗੇ, ਆਉਣ ਵਾਲੇ ਟਾਈਮ 'ਚ ਤੁਹਾਨੂੰ ਪਤਾ ਲੱਗੇਗਾ। ਗਰੀਬਾਂ ਵਾਸਤੇ ਕੰਮ ਕਰਨਾ ਗੌਰਮੈਂਟ ਦੇ ਫਰਜ਼ ਹੁੰਦੇ ਨੇ ਔਰ ਗਰੀਬਾਂ ਵਾਸਤੇ ਕੰਮ ਕਰਨਾ। 55 ਸਾਲ ਵਿੱਚ ਗਰੀਬੀ ਨਹੀਂ ਮੁੱਕੀ? ਨਹੀਂ, ਬਿਲਕੁਲ ਵੀ ਨਹੀਂ। ਆਹੀ ਗੱਲ ਤੁਹਾਡੀ ਗੱਲ 'ਤੇ ਮੈਨੂੰ ਪਤਾ ਸੀ ਤੁਸੀਂ ਇਹ ਸਵਾਲ ਪੁੱਛੋਗੇ ਔਰ ਮੈਂ ਉਹਦਾ ਜਵਾਬ ਦੂੰਗਾ। ਤੁਸੀਂ ਇਹ ਦੱਸ ਦਿਓ ਕਿ ਹਿੰਦੁਸਤਾਨ ਦੇ ਅੰਦਰ ਜਦੋਂ ਹਿੰਦੁਸਤਾਨ ਆਜ਼ਾਦ ਹੋਇਆ ਸੀ ਉਦੋਂ ਇੱਥੇ ਸੂਈ ਵੀ ਨਹੀਂ ਬਣਦੀ ਹੈਗੀ ਸੀ ਅਤੇ ਅੱਜ ਇਸ ਹਿੰਦੁਸਤਾਨ ਦੇ ਅੰਦਰ ਯੁੱਧ ਬਹੁਤ ਬੰਦੇ ਨੇ ਅਤੇ ਮੰਗਲਯਾਨ ਬੰਦੇ, ਕਿਸੇ ਨੇ ਕੋਈ ਆਸਾਨ ਨਹੀਂ ਕੀਤਾ, ਕਿਸੇ ਨੇ ਕੋਈ ਆਸਾਨ ਨਹੀਂ ਕੀਤਾ ਬਾਲੀ ਸਾਹਿਬ।
ਕਿਸੇ ਨੇ ਕੋਈ ਅਹਿਸਾਨ ਨਹੀਂ ਕੀਤਾ। ਨਹੀਂ ਇਸ ਗੱਲ ਦਾ ਤਾਂ ਕੋਈ ਜਵਾਬ ਹੀ ਨਹੀਂ ਹੈਗਾ, ਫਿਰ ਤੁਸੀਂ ਡਿਬੇਟ ਕਰ ਲਓ। ਨਹੀਂ ਤੁਸੀਂ ਰਾਜ ਦਾ ਕੋਈ ਅਹਿਸਾਸ ਤੁਸੀਂ ਕਹਿੰਦੇ ਤੁਸੀਂ ਰਾਜ ਨਹੀਂ ਬਿਲਕੁਲ, ਮੈਂ ਤੁਹਾਡੀ ਗੱਲ ਨੂੰ ਬਿਲਕੁਲ ਡਿਨਾਈ ਕਰਦਾ, ਮੈਂ ਤੁਹਾਡੀ ਗੱਲ ਨੂੰ ਬਿਲਕੁਲ ਮਨਾ ਕਰਦਾ ਕਿ ਤੁਸੀਂ ਜਿਹੜੀ ਗੱਲ ਕਰ ਰਹੇ ਹੋ ਕਿ ਅਹਿਸਾਨ ਨਹੀਂ ਕੀਤਾ। ਅਹਿਸਾਨ ਹੁੰਦਾ ਵੇ ਕਿ ਅਗਰ ਸਥਾਈ ਸਰਕਾਰ ਹੋਵੇ, ਅਗਰ ਅੱਛੀ ਸਰਕਾਰ ਹੋਵੇ, ਅਗਰ ਅੱਛੀ ਸੋਚ ਹੋਵੇ, ਅਗਰ ਅੱਛੀ ਨੀਅਤ ਹੋਵੇ, ਤੇ ਹਿੰਦੁਸਤਾਨ ਦਾ ਕੰਮ ਕਿਉਂ ਨਾ ਹੋਵੇ। ਹਿੰਦੁਸਤਾਨ ਦੇ ਜਿਹੜੇ ਪ੍ਰਾਈਮ ਮਿਨਿਸਟਰ ਨੇ ਹਿੰਦੁਸਤਾਨ ਦੇ ਕਿਉਂ ਨਾ ਕਰ ਲਓ? ਫਿਰ ਤੁਸੀਂ ਕਹੋ ਕਿ ਉਹਨਾਂ ਨੇ ਅਹਿਸਾਨ ਨਹੀਂ ਕੀਤਾ। ਲੋਕਾਂ ਨੇ ਵੋਟਾਂ ਦਿੱਤੀਆਂ 60 ਸਾਲ ਉਹਨਾਂ ਨੂੰ, ਲੋਕਾਂ ਨੇ ਜਿਤਾਇਆ ਉਹਨਾਂ ਨੂੰ, ਲੋਕਾਂ ਨੇ ਲਿਆਂਦਾ ਜ਼ਮਹੂਰੀਅਤ ਦੇ ਅੰਦਰ, ਲੋਕਾਂ ਨੇ ਤਾਕਤ ਦਿੱਤੀ ਉਹਨਾਂ ਨੂੰ, ਤੇ ਜੇ ਹਿੰਦੁਸਤਾਨ ਦੇ ਅੰਦਰ ਕੰਮ ਹੋਇਆ ਤੇ ਸਾਨੂੰ ਕਹਿਣਾ ਪਏਗਾ। ਵਿਰੋਧੀ ਪਾਰਟੀ ਬਾਲੀ ਸਾਹਿਬ ਇਹ ਕਹਿ ਰਹੀ ਹੈ ਕਿ ਦਾਦੀ ਨੇ ਨਾਰਾ ਦਿੱਤਾ ਸੀਗਾ, ਪੋਤਾ ਉਸ ਸਕੀਮ ਤੇ ਅੱਗੇ ਵੱਧ ਰਿਹਾ। ਬਿਲਕੁਲ ਅੱਛੀ ਗੱਲ ਹੈ, ਇਹ ਤਾਂ ਹੋਰ ਵੀ ਬੜੀ ਅੱਛੀ ਗੱਲ ਹੈ। ਅਸੀਂ ਇਸ ਗੱਲ ਦੀ ਮੁਬਾਰਕਬਾਦ ਦਿੰਦੇ ਹਾਂ ਉਹਨਾਂ ਨੂੰ, ਜੋ ਅਸੀਂ ਪਿਛਲੇ 15 ਦਿਨ 20 ਦਿਨ ਲਾਏ ਨੇ ਦਿੱਲੀ ਦੇ ਅੰਦਰ, ਜੋ ਅਸੀਂ ਸਿਨੈਰੀਓ ਦਿੱਲੀ ਦੇ ਅੰਦਰ ਦੇਖਿਆ, ਅਸੀਂ ਮੁਬਾਰਕਬਾਦ ਦਿੰਦੇ ਹਾਂ ਰਾਹੁਲ ਗਾਂਧੀ ਨੂੰ ਕਿ ਅਗਰ ਉਸ ਨੀਤੀ ਤੇ ਚੱਲਣਗੇ ਤੇ ਹਿੰਦੁਸਤਾਨ ਕਿਤੇ ਦਾ ਕਿਤੇ ਚਲਾ ਜਾਏਗਾ, ਜੋ ਕਿ ਲੋਕਾਂ ਨੇ ਹਿੰਦੁਸਤਾਨ ਦੇ ਅੰਦਰ ਕਾਂਗਰਸ ਨੂੰ 56 ਸਾਲ ਰਾਜ ਦਿੱਤਾ ਸੀ। ਭੁੱਲਰ ਸਾਹਿਬ ਰਾਹੁਲ ਗਾਂਧੀ ਕਹਿ ਰਹੇ ਆ ਤੁਸੀਂ ਦੋ ਮੁਲਕ ਬਣਾਏ ਆ, ਦੋ ਹਿੰਦੁਸਤਾਨ ਬਣਾ ਤੇ, ਅਸੀਂ ਇੱਕ ਮੁਲਕ ਬਣਾਉਣਾ ਹੈਗਾ, ਇੱਕ ਮੁਲਕ ਤੁਸੀਂ ਕਿਉਂ ਨਹੀਂ ਬਣਾ ਸਕੇ? ਇਸ ਤਰ੍ਹਾਂ ਹੈ ਕਿ ਰਾਹੁਲ ਗਾਂਧੀ ਦੇ ਕੋਲ ਅੱਜ ਦੀ ਤਰੀਕ ਦੇ ਵਿੱਚ ਕਿਸੇ ਵੀ ਹਾਲਤ ਦੇ ਵਿੱਚ ਇਲੈਕਸ਼ਨ ਜਿੱਤਣ ਦਾ ਕੋਈ ਹੋਰ ਮੁੱਦਾ ਹੈ ਨਹੀਂ। ਇਹਨਾਂ ਤੁਹਾਨੂੰ ਡਰ ਲੱਗਣ ਲੱਗ ਪਿਆ ਵੀ ਇਲੈਕਸ਼ਨ ਜਿੱਤ ਜਾਂਦੇ ਇਸ ਮੁੱਦੇ ਦਾ? ਨਹੀਂ ਨਹੀਂ ਮੈਂ ਕਹਿ ਰਿਹਾ ਕੋਈ ਮੁੱਦਾ ਹੀ ਨਹੀਂ ਹੈਗਾ। ਦੇਖੋ ਪਹਿਲਾਂ ਤਾਂ ਉਹਨਾਂ ਨੇ ਕਿਹਾ ਵੀ 12,000 ਰੁਪਈਆ ਪਰ ਮੰਥ ਜਿਹੜਾ ਹੈ ਜੀ ਗਰੀਬ ਨੂੰ ਦਿੱਤਾ ਜਾਏਗਾ। 1,44,000 ਰੁਪਈਆ ਬਣਦਾ ਹੈ ਉਹ, ਅਗਰ ਤੁਸੀਂ ਕੈਲਕੂਲੇਸ਼ਨ ਕਰੋ। 72,000 ਕਿਸ ਤਰ੍ਹਾਂ ਰਹਿ ਗਿਆ? ਮਤਲਬ 72,000 ਰਾਹੁਲ ਗਾਂਧੀ ਦੇ ਖਾਤੇ ਜਾਏਗਾ ਉਹ 'ਚ। ਕਰਪਸ਼ਨ ਤਾਂ ਇੱਥੇ ਸਟਾਰਟ ਹੋ ਗਈ ਵੀ ਅੱਧੇ ਪੈਸੇ ਸਾਡੇ ਤੇ ਅੱਧੇ ਗਰੀਬਾਂ ਦੇ। ਔਰ ਰਾਹੁਲ ਗਾਂਧੀ ਜੀ ਔਰ ਮੇਰੇ ਨਾਲ ਬੈਠੇ ਹੋਏ ਜਿਹੜੇ ਕਾਂਗਰਸ ਦੇ ਪ੍ਰਵਕਤਾ ਨੇ, ਇਹ ਜਿਹੜਾ ਆਪਣੇ ਦਿਮਾਗ 'ਤੇ ਜੇ ਸਿਆਣੇ ਨੇ ਜ਼ੋਰ ਪਾ ਕੇ ਦੱਸਣ, 2,00,000 ਕਰੋੜ ਰੁਪਈਆ ਅਗਰ ਰਾਹੁਲ ਗਾਂਧੀ ਜੀ ਸਪੇਅਰ ਕਰ ਸਕਦੇ ਹੈ ਤਾਂ ਜਿਹੜੀ ਹੁਣੇ ਸਰਕਾਰਾਂ ਆਈਆਂ ਨੇ ਕਿਸਾਨਾਂ ਦਾ ਕਰਜ਼ਾ ਮਾਫ਼ ਕਰਨ ਦੇ ਨਾਂ ਦੇ ਉੱਤੇ, ਤਾਂ ਕਿਸਾਨਾਂ ਦਾ ਕਰਜ਼ਾ ਕਿਉਂ ਨਹੀਂ ਮਾਫ਼ ਕਰ ਦਿੰਦੇ? ਜੇ ਇੰਨੀ ਉਹਨਾਂ ਦੇ ਕੋਲ ਕਪੈਸਿਟੀ ਹੈਗੀ ਹੈ ਦਾ ਪ੍ਰੋਜੈਕਟ ਨਹੀਂ ਹੈਗਾ, 3,60,000 ਕਰੋੜ ਦਾ ਪ੍ਰੋਜੈਕਟ ਆ। ਚਲੋ 3.6 ਦਾ, ਠੀਕ ਹੈ ਜੀ। ਇੰਨਾ ਪੈਸਾ ਲੈ ਕੇ ਆਉਣਾ, ਉਹਨਾਂ ਨੇ ਕਿੱਥੋਂ ਕੀ ਕੈਲਕੂਲੇਸ਼ਨਾਂ ਕੀਤੀਆਂ ਨੇ? ਕਿਉਂਕਿ ਪਿਛਲੇ ਜਿੰਨੀ ਤੁਸੀਂ ਸਰਕਾਰਾਂ ਦੇਖ ਲਓ, ਚਾਹੇ ਇੰਦਰਾ ਗਾਂਧੀ ਤੁਸੀਂ ਇਹ ਕਹਿਣਾ ਚਾਹੁੰਦੇ ਹੋ, ਸਵਾਲ ਸਿੰਪਲ ਕਰ ਲਈਏ ਨਾ, ਸਵਾਲ ਸਿੰਪਲ ਕਰੀਏ, ਦਰਸ਼ਕਾਂ ਕੋਲ ਜਾ ਰਹੇ ਹਾਂ, ਸਵਾਲ ਸਿੰਪਲ ਕਰ ਲਈਏ। ਇਹਦਾ ਮਤਲਬ ਦੇਸ਼ ਕੋਲ ਇੰਨਾ ਖਜ਼ਾਨਾ ਹੈ ਨੀਗਾ ਕਿ ਗਰੀਬਾਂ ਨੂੰ ਦਿੱਤਾ ਜਾ ਸਕੇ? ਮੈਂ ਦੱਸਾਂ, ਗਰੀਬਾਂ ਨੂੰ ਦੇਣ ਨੂੰ ਬਹੁਤ ਕੁਝ ਹੈਗਾ। ਨਹੀਂ ਨਹੀਂ ਤੁਸੀਂ ਤੁਸੀਂ ਹੁਣ ਗਰੀਬਾਂ ਨੂੰ ਰੋਜ਼ਗਾਰ ਦਿਓ ਪੁਲਿਸ ਸਾਹਿਬ, ਨਹੀਂ ਇਹ ਤਾਂ ਗੱਲ, ਗਰੀਬਾਂ ਨੂੰ ਰੋਜ਼ਗਾਰ ਦਿਓ ਪੁਲਿਸ ਸਾਹਿਬ, ਜੇ ਸਵਾਲ ਕਾਂਗਰਸ ਹੋਣਗੇ ਤੁਹਾਨੂੰ ਵੀ ਹੋਣਗੇ। ਪੁਲਿਸ ਸਾਹਿਬ ਸਿੰਪਲ ਜਿਹਾ ਸਵਾਲ ਆ, ਤੁਸੀਂ ਇਹ ਕਹਿ ਰਹੇ ਸੀਗੇ ਪਤਾ ਨਹੀਂ ਉਹਨਾਂ ਨੇ ਕਿਹੜੀ ਕੈਲਕੂਲੇਸ਼ਨ ਕੀਤੀ। ਇਹਦਾ ਮਤਲਬ ਦੇਸ਼ ਦੀ ਸਮਰੱਥਾ ਨਹੀਂ ਹੈਗੀ ਕਿ ਗਰੀਬਾਂ ਦਾ 3,60,000 ਕਰੋੜ ਆ ਜਿਹੜਾ ਪ੍ਰੋਜੈਕਟ ਹੈਗਾ ਉਸ ਨੂੰ ਨੇਪਰੇ ਚੜ੍ਹ ਜਾ ਸਕੇ? ਨਹੀਂ ਜਾ ਸਕਦੇ, ਨਹੀਂ ਦੇ ਸਕਦੇ। ਗੱਲ ਖਤਮ ਹੋ ਗਈ। ਮੈਂ ਵਾਪਸ ਆਊਂਗਾ। ਪ੍ਰਸਮਜੀਤ ਸਿੰਘ, ਗਰੀਬਾਂ ਲਈ ਇਸ ਮੁਲਕ ਕੋਲ ਪੈਸਾ ਨਹੀਂ ਹੈਗਾ। ਕਿਉਂ ਨਹੀਂ ਪੈਸਾ ਹੈ? ਗਰੀਬ ਪੈਸਾ ਪੈਦਾ ਕਰਦੇ ਆ ਉਹ, ਜਿਹੜੇ 4 ਬੰਦੇ ਬੈਠੇ ਆ ਜਿਨ੍ਹਾਂ ਦੇ ਵਾਰ ਵਾਰ ਇਹ ਪਰਿਕਰਮਾ ਕਰਕੇ ਅਤੇ ਉੱਥੋਂ ਪੈਸਾ ਲੈ ਕੇ ਇਲੈਕਸ਼ਨਾਂ ਲੜਦੇ ਆ ਪੋਲੀਟੀਸ਼ੀਅਨ, ਕਿ ਉਹ ਪੈਸਾ ਪੈਦਾ ਕਰ ਰਹੇ ਆ? ਪੈਸਾ ਤਾਂ ਕਿਸਾਨ ਪੈਦਾ ਕਰ ਰਿਹਾ, ਮਜ਼ਦੂਰ ਪੈਦਾ ਕਰ ਰਿਹਾ, ਔਰ ਉਹ ਹੀ ਸਭ ਤੋਂ ਵੱਧ ਸਫ਼ਰ ਕਰ ਰਹੇ ਆ। ਇਸ ਕਰਕੇ ਜੋ ਪੈਸਾ ਜਿਹੜਾ ਇਸ ਧਰਤੀ ਦੇ ਉੱਤੇ ਮਿੱਟੀ ਨਾਲ ਮਿੱਟੀ ਹੁੰਦਾ, ਜਾਂ ਜਾ ਕੇ ਫੈਕਟਰੀਆਂ 'ਚ ਕੰਮ ਕਰਦਾ, ਜਾਂ ਕਿਸੇ ਹੋਰ ਰੈਸਟੋਰੈਂਟ 'ਚ ਕੰਮ ਕਰਦਾ, ਜਾਂ ਕੋਈ ਚੌਕੀਦਾਰੇ ਦਾ ਕੰਮ ਕਰਦਾ, ਉਹ ਚੌਕੀਦਾਰ ਨਹੀਂ ਜਿਹੜੇ ਸਾਰੇ ਕਹਿਣ ਲੱਗ ਪਏ ਮੈਂ ਵੀ ਚੌਕੀਦਾਰ, ਜਿਹੜੇ ਅਸਲੀ ਚੌਕੀਦਾਰ ਆ ਜਿਨ੍ਹਾਂ ਨੇ ਸਗੋਂ ਪ੍ਰੋਟੈਸਟ ਕੀਤਾ ਕਿ ਸਾਡੀ ਬੇਇੱਜ਼ਤੀ ਨਾ ਕਰੋ। ਰਾਹੁਲ ਗਾਂਧੀ ਦੇ ਇਸ ਐਲਾਨ ਨਾਲ ਕੋਈ ਚੰਗੀ ਡਿਬੇਟ ਛਿੜੀ ਹੈ ਕਿ ਨਹੀਂ ਛਿੜੀ? ਮੈਨੂੰ ਇਸ ਦਾ ਜਵਾਬ ਦਿਓ। ਮੈਂ ਬਿਲਕੁਲ ਆਊਟਸੈਟ ਤੇ ਇਹ ਗੱਲ ਕਹਿਣਾ ਕਿ ਇਸ ਦੇ ਨਾਲ ਇੱਕ ਸਭ ਤੋਂ ਜਿਹੜੀ ਵੱਡੀ ਅਚੀਵਮੈਂਟ ਇਸ 2019 ਚੋਣਾਂ ਦੀ ਆ, ਏਜੰਡਾ ਸ਼ਿਫਟ ਹੋ ਗਿਆ। ਏਜੰਡਾ ਸ਼ਿਫਟ ਹੋਇਆ ਬਿਲਕੁਲ। ਮੈਂ ਛੋਟਾ ਬ੍ਰੇਕ ਲੈਣਾ, ਏਜੰਡਾ ਸ਼ਿਫਟ ਨਹੀਂ ਹੋਣ ਦਊਂਗਾ, ਇੱਕ ਛੋਟਾ ਬ੍ਰੇਕ ਲਵਾਂ, ਬ੍ਰੇਕ ਤੋਂ ਵਾਪਸ ਆਊਂਗਾ। ਪੈਸੇ ਦੇਣ ਦੇ ਵਾਅਦੇ ਤੇ ਮੋਦੀ ਤੇ ਰਾਹੁਲ ਗਾਂਧੀ ਵੋਟਾਂ ਕਿਉਂ ਮੰਗਦੇ ਪਏ ਆ? ਪਹਿਲਾਂ ਵੀ ਵੋਟਾਂ ਮੰਗੀਆਂ ਜਾਂਦੀਆਂ ਰਹੀਆਂ ਹੈਗੀਆਂ, ਕੀ ਇਹ ਸਿੱਧੀ ਸਿੱਧੀ ਰਿਸ਼ਵਤ ਤਾਂ ਨਹੀਂ ਹੈਗੀ ਕੀ, ਜਾਂ ਕੋਈ ਕੰਕਰੀਟ ਪਲਾਨ ਹੈਗਾ? ਇਹ ਸਾਰੇ ਸਵਾਲਾਂ ਦੇ ਵਿਚਾਲੇ ਵੋਟਾਂ ਦੀ ਕਿਸ਼ਤੀ, ਵੋਟਾਂ ਦੀ ਬੇੜੀ ਕਿੱਥੇ ਖੜੀ ਆ? ਬ੍ਰੇਕ ਤੋਂ ਵਾਪਸ ਆਵਾਂਗੇ। ਸਵਾਲ ਹੀ ਕਿਉਂ ਪੁੱਛ ਰਹੇ? ਵੱਡਾ ਸਵਾਲ ਅਸੀਂ ਇਹ ਪੁੱਛ ਰਹੇ ਹਾਂ, ਅਮੀਰਾਂ ਅਤੇ ਗਰੀਬਾਂ ਲਈ ਇੱਕ ਮੁਲਕ ਵਾਲੀ ਗਰੰਟੀ ਪੂਰੀ ਹੋਣ ਦੀ ਕੀ ਗਰੰਟੀ ਹੈ? ਅਤੇ ਇਸ ਸਵਾਲ ਦੇ ਨਾਲ ਨਾਲ ਬਹੁਤ ਸਾਰੇ ਸਵਾਲ ਆ ਜਿਹੜੇ ਉਹ ਕਾਂਗਰਸ ਦੇ ਵੀ ਉੱਠਣ ਲੱਗ ਪਏ ਹੈਗੇ ਆ, ਉਹਨਾਂ ਸਵਾਲਾਂ ਦੀ ਵੀ ਚਰਚਾ ਕਰਨੀ ਆ। ਪਰ ਪਹਿਲਾਂ ਭਾਰਤੀ ਜਨਤਾ ਪਾਰਟੀ ਨੇ ਜਿਹੜੇ ਕਾਂਗਰਸ ਦੀ ਸਕੀਮ ਹੈਗੀ ਹੈ ਨਿਆਏ, ਉਸ ਐਲਾਨ ਤੋਂ ਬਾਅਦ ਦੋ ਬਿਆਨ ਜਾਰੀ ਕੀਤੇ ਭਾਰਤੀ ਜਨਤਾ ਪਾਰਟੀ ਨੇ, ਪਹਿਲਾਂ ਸੁਣ ਲਈਏ। ਮਿਨੀਮਮ ਇਨਕਮ ਲਾਈਨ 12,000 ਰੁਪਏ ਕੀ ਹੈ, ਜੋ ਮਿਨੀਮਮ ਇਨਕਮ ਲਾਈਨ ਔਰ ਮਿਨੀਮਮ ਉਨਕੀ ਜੋ ਇਨਕਮ ਹੈ ਉਸਕਾ ਜੋ ਫਰਕ ਹੋਗਾ ਵੋ ਸਰਕਾਰ ਦੇਗੀ। ਤੋ ਮਾਨ ਲਓ ਆਪਕੀ ਅਗਰ ਇਨਕਮ 6,000 ਕੀ ਹੈ, ਤੋ ਜੋ 12,000 ਸੇ ਆਪਕਾ ਕਮ ਹੈ ਇਨਕਮ ਉਸਕੋ ਟੋਪ ਅਪ ਕਰੇਗੀ। ਯੇ ਟੋਪ ਅਪ ਸਕੀਮ ਨਹੀਂ ਹੈ,
72,000 रुपया प्रति वर्ष मिलेगा। मैं फिर दोहराता हूं, ये टॉपअप स्कीम नहीं है, हर परिवार को 72,000 रुपया मिलेगा। 5 करोड़ परिवार, 25 करोड़ लोग। डॉक्टर गर्ग, मैं तो एक सवाल लेना चाहना, यही सवाल, उस तो बाद आपके जवाब दे दिए जो देना होया। मेरा सवाल है क्या, जो भारतीय जनता पार्टी ने वीडियो रिलीज़ किया है, उस वीडियो में जी गल कही उन्होंने कि राहुल गांधी कह रहे हैं टॉपअप नहीं है, तो रणदीप सुरजेवाला वार बार ये गल दोहरा रहे हैं कि ये टॉपअप स्कीम नहीं है। उधर उन्होंने कहा हाँ लेकिन सुरजेवाला कहता है टॉपअप नहीं है, मैं गलत बोला है, इतराज कहते हैं, देखो इतराज कहते हैं सुरजेवाला इतराज नहीं देने वाले बन, लेकिन देने कि इतराज ताई भी जाने, मैं कहना देने कि ठीक है जवाब आ गया, सोर्स ऑफ इनकम की है, कितों पैसा आएगा, कितों पैसा जनरेट किया जाएगा, जवाब आ गया, पैसा है नहीं का, इतराज इन्होंने कुछ नहीं है गर्ग साहब, तुहानू कोई इतराज है? देखो जिस तरह का सवाल आया है, पूरी दुनिया के अजे चल रहा है भी घट्टो घट सबसिस्टेंस वेजेस ते सबसिस्टेंस रहन वास्ते इनकम होनी जरूरी है। ये कोई एक अद्धे हिंदुस्तान च नहीं चल रहा, हिंदुस्तान इन नहीं उस तरीके लै रहा है, कई होर स्कीमें आटा दाल जी वो दे के 750 रुपये महीना पेंशन दे के कुछ कर दी, जी पहले 250 हुई थी हूँ 750 हुई है, बुढ़ापा पेंशन जे वो, ये काफ़ी स्कीम सी बच्चों स्कॉलरशिप होर इस तरह से। ये जी स्कीम है ये जिहड़ा इहदी डेफिनेशन है वो मुताबिक तो जो राहुल गांधी कह रहे हैं वो ठीक है, उहदे विच जद असीं कहिंदे आ मिनीमम इनकम गरंटी स्कीम, वो कहिंदे ने कि जिहड़ी सोशल इकोनॉमिक सर्वे जिहड़ी जिहड़ी मौजूदा सरकार चल रही है, एक्टिंग सरकार कह लो हुण, उसने रिलीज़ करी सी सोशल इकोनॉमिक सर्वे हिंदुस्तान की, उहदे विच जिहड़े 20% थल्ले वाले ने उन्होंने उन्होंने आख्या भी साडी असैसमेंट यह है कि 12,000 तो घट जिहड़े परिवार की इनकम होवे नहीं रह सकता, जिवें पंजाब दे विच 73% रूरल दे परिवार होने जिन्हां दी 5,000 रुपये महीना इनकम है सिर्फ, सो जिहड़े 12,000 तो घट ने उन्होंने मिनीमम इनकम 12,000 मन ली भी उन्नी इनश्योर करनी है, जे किसी की 8,000 उन्होंने 4,000 और दे दो, जे किसी 6,000 उन्होंने 6,000 और दे दो, मतलब तो वह यही है जी मिनीमम इनकम पूरी दुनिया चल रही है। पर जे वो कहें भी असं गरंटीड इन्ने पैसे देने ने, उहदे नाल थल्ले वालां च भी एक बसंगति पैदा होगी कि एक बंदे नूं सिर्फ 2,000 रुपया महीना आमदन है, उहनूं तुसीं 6 देता, उहदी 8 रह गई परिवार दे, उहदे वी 5 जी ने, सो इहदे नाल इह गल जिहड़ी आ इह तां वर्कआउट उत्ते होऊगा, इहदे उत्ते मैनूं नहीं लगदा वी इह कोई कंट्रोवर्सी क्रिएट करन वाली है, इह नहीं आ वी असीं हरेक नूं 15 लाख देवांगे, इही जी कोई स्कीम नहीं है, इहदे विच बेसिक इशू इह है कि असीं मिनीमम इनकम इनश्योर करनी है उहनां नूं जिहड़े रोटी नहीं खा सकदे, वो रोटी खा सकन घट्टो घट्ट वो रह सकन, हाँ मैं पैसों के उत्ते होना, सरकार 5.5 लाख करोड़ की सबसिडी कांग्रेस सरकार भी दिंदी रही है, पहला यूपीए भी NDA भी दे रही है, NDA ने वर्ग के 5-6 तक जिहड़े बड़े धन्ना सेठ ने कारपोरेट हाउसिज ने 5.5 लाख करोड़ करोड़ की सालाना सबसिडी उन्होंने टैक्सा दिती जा रही है, जे कुछ उतरे मुठ्ठी भरन जिहदा नतीजा यह निकलिया कि हिंदुस्तान की पिछले साल की 73% दौलत 73% 1% लोगों को चली गई जी आमदन हुई है 73% आमदन 1% सवाल तो मैं अगे तुरा हाँ यदा मतलब जो कांग्रेस इल्जाम ला रही है कि इन्होंने दो दो भारत बनाते दो हिंदुस्तान बनाते अहमद ने रल के बनाया नहीं ये कदम ने नहीं बनाया कांग्रेस गलत इल्जाम ला रही है दो भारत कांग्रेस ने 1990 तो शुरू करते थे जिदों के असी वर्ल्ड बैंक के थले लगने शुरू हो गए उदों के दो भारत हो गए एक भारत के स्कूल वखरे हस्पताल वखरे घर वखरे ट्रांसपोर्ट वखरी टुट्टी बस जाएंगे टैंपू जाएंगे स्कूल च उस पढ़ने जिते पढ़ाया नहीं जाएगा हस्पताल च उस जाएंगे जिते इलाज नहीं होएगा एक भारत वह उहोजे घर च रहेंगे जिते रहन दी जगह नहीं है उहोजा पानी पीणगे जिहड़ा पीण दे लायक नहीं दूजा भारत वह होएगा जिहड़ा भारत बड़े अलीशान उन्हां च रहेगा बड़े वड्डे वड्डे टॉप दे स्कूलां च पढ़ेगा वड्डे बाहरले हस्पतालां च जाके जिन्हां कोल मॉडर्न इक्विपमेंट है उत्थे इलाज कराएगा सो दो भारत की नींह 1990-91 तो रखी गई थी जिहड़ी आ पिछले 5 साल ज़्यादा तेजी नाल अगे वधी है पारा पारा ज़्यादा खाई ज़्यादा वधी ठीक है। गुरिंदर बाली तुहाडा इल्जाम है जिहड़ा वो तथ्यां दे आधारित नहीं हैगा जो डॉक्टर पैरला गर्ग ने दस्सिया हैगा तुसीं भी इस नूं चंगी तरह सुन लिया हैगा ये आर्थिक पाड़ा आर्थिक असावापन अमीर गरीब वाला भारत है तुसीं सारी पोलिटिकल जमात ने रल के सरजिया ते तुसीं सारे ही इहदे लई दोषी हो नहीं नहीं चलो असं गलत नहीं कहते पोलीटल एक दूजे दोष देंदे ही ने लोग तो पोलीटल जोड़े राजनीतिक लोग ने जड़िया राजनीतिक पार्टियां ने
ਉਹਨਾਂ ਦਾ ਮੋਟਿਵ ਵੀ ਇਹੀ ਹੁੰਦਾ। ਜੇ ਆਪਾਂ ਇਹੀ ਗੱਲ ਕਰੀਏ ਕਿ ਨਹੀਂ ਜੀ ਆਹ ਬੀਜੇਪੀ ਸਰਕਾਰ ਨੇ ਕਰਤਾ, ਆਹ ਜੀ ਕਾਂਗਰਸ ਨੇ ਸਰਕਾਰ, ਕਈ ਗੱਲਾਂ ਅਗਰ ਅਕਸ਼ਾ ਦੀਆਂ ਸਹੀ ਨੇ, ਕਈ ਮਨਜੀਤ ਜੀ ਦੀਆਂ ਵੀ ਸਹੀ ਨੇ ਗੱਲਾਂ, ਇਹ ਗੱਲ ਨਹੀਂ ਹੈਗੀ। ਜਿਹੜੀ ਬੀਜੇਪੀ ਸਰਕਾਰ ਆ ਜੇ ਗੱਲ ਕਰਦੀ ਕਿ ਇੰਨਾ ਪੈਸਾ ਲਿਆਓਗੇ ਕਿੱਥੋਂ, ਇੰਨਾ ਪੈਸਾ ਆਏਗਾ ਕਿੱਥੋਂ, ਗਰਗ ਜੀ ਨੇ ਬੜੇ ਵਧੀਆ ਤਰੀਕੇ ਨਾਲ ਤੁਹਾਨੂੰ ਦੱਸ ਦਿੱਤੀ ਹੈਗੀ। ਉਹਦਾ ਮੈਂ ਇਜਾਫਾ ਹੋਰ ਕਰਦਾ, ਜੇ 370,000 ਕਰੋੜ ਰੁਪਈਆ ਇੰਡਸਟਰੀ ਨਹੀਂ ਛੱਡ ਸਕਦੇ ਹੈਗੇ ਹੋ, ਜੇ ਤੁਸੀਂ ਉਹਨਾਂ ਨੂੰ ਪੈਸਾ ਦੇ ਸਕਦੇ ਹੈਗੇ ਹੋ ਇੰਡਸਟਰੀ ਨੂੰ, ਤਾਂ ਫਿਰ ਵਾਈ ਨੋਟ ਆ ਗਰੀਬਾਂ ਵਾਸਤੇ ਕਿਉਂ? ਸਰਕਾਰਾਂ ਦਾ ਆਉਣ ਦਾ ਮਤਲਬ ਕੀ ਹੈ? ਸਾਡੀ ਸੋਚ ਤੋਂ ਬਾਹਰ ਹੈ ਜਿਹੜਾ ਤੁਸੀਂ ਜਿਹੜੀ ਤੁਸੀਂ ਗੱਲ ਕਰ ਰਹੇ ਹੋ। ਸਰਕਾਰਾਂ ਦੇ ਆਉਣ ਦਾ ਮਤਲਬ ਵੀ ਇਹੀ ਹੈ ਕਿ ਲੋਕਾਂ ਨੂੰ ਗਰੀਬੀ 'ਚੋਂ ਉਠਾਉਣਾ, ਗਰੀਬੀ ਤੋਂ ਉੱਤੇ ਲਿਆਉਣਾ, ਕੋਈ ਛੋਟੀ ਇੰਡਸਟਰੀ ਬਣਾਉਣੀ, ਕੋਈ ਵੱਡੀ ਇੰਡਸਟਰੀ ਬਣਾਉਣੀ, ਕੋਈ ਰੁਜ਼ਗਾਰ ਦੇਣੇ, ਕਿਸੇ ਨੂੰ ਦੁਕਾਨਦਾਰੀ ਦੇਣੀ, ਕਿਸੇ ਨੂੰ ਕਈ ਕੰਮ ਦੇਣੇ, ਆਹ ਜਿਹੜੀ ਸਭ ਤੋਂ ਵੱਡੀਆਂ ਗੱਲਾਂ ਨੇ ਨਾ, ਇਹ ਸਰਕਾਰਾਂ ਦੇ ਕੰਮ ਨੇ। ਬਾਲੀ ਸਾਹਿਬ ਨਾਰੇ ਤੱਕ ਹੀ ਸੀਮਤ ਨਹੀਂ ਰਹਿ ਜਾਓਗੇ? ਨਹੀਂ, ਮੈਨੂੰ ਇਹ ਮੈਂ ਤੁਹਾਡੇ ਨਾਲ ਪਹਿਲੀ ਗੱਲ ਦੇ ਉੱਤੇ ਤੁਹਾਨੂੰ ਸਿਰਫ ਇੱਕ ਹੀ ਗੱਲ ਕਹਿਤੀ ਹੈ ਕਿ ਸਰਕਾਰਾਂ ਦੇ ਇਹ ਫਰਜ਼ ਨੇ ਔਰ ਇਹ ਸਰਕਾਰਾਂ ਕਰਦੀਆਂ ਨੇ। ਮੈਂ ਇਹ ਨਹੀਂ ਕਹਿ ਰਿਹਾ ਵੀ ਨਹੀਂ ਕਰਦੀਆਂ। ਜੇ ਤੁਸੀਂ ਕਹਿੰਦੇ ਜੀ ਮੈਂ ਆਪਣੇ ਦਿਮਾਗ 'ਤੇ ਬੋਝ ਪਾਵਾਂ ਜਿੱਦਾਂ ਭੁੱਲਰ ਜੀ ਨੇ ਮੈਨੂੰ ਆਹ ਗੱਲ ਕਹੀ ਹੈ, ਤਾਂ ਬੋਝ ਤਾਂ ਮੇਰੇ ਵੀਰ ਬਹੁਤ ਪੁਰਾਣਾ ਪਿਆ ਹੋਇਆ ਅਤੇ ਅੱਜ ਵੀ ਪਿਆ ਅਤੇ ਅੱਗੋਂ ਪਿਆ ਰਹੇਗਾ ਜਿਦ ਤੱਕ ਮਹਾਰਾਜ ਪਿਤਾ ਪਰਮੇਸ਼ਰ ਨੇ ਨਹੀਂ 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 ਕੁਰਸੀ ਦੇਖੋ, ਕੁਰਸੀਆਂ ਆਉਣੀਆਂ ਜਾਣੀਆਂ ਚੀਜ਼ਾਂ ਹੁੰਦੀਆਂ ਨੇ। ਮੈਂ ਤੁਹਾਨੂੰ ਇਹ ਕਹਾਂ ਹਿੰਦੁਸਤਾਨ 'ਚ ਤੁਸੀਂ ਕਿੰਨੇ ਪ੍ਰਧਾਨ ਮੰਤਰੀ ਵੇਖ ਲਏ ਅਤੇ ਮੈਂ ਕਿੰਨੇ ਵੇਖ ਲਏ? ਇਹ ਗੱਲਾਂ ਨਹੀਂ ਹੁੰਦੀਆਂ, ਗੱਲ ਇਹ ਹੁੰਦੀ ਹੈ ਕਿ ਗਰੀਬਾਂ ਨੂੰ ਆਪਾਂ ਕਿਵੇਂ ਲਿਆਉਣਾ। ਹਰ ਸਰਕਾਰ ਦੀ ਕੋਸ਼ਿਸ਼ ਹੁੰਦੀ ਹੈ, ਇਹ ਨਹੀਂ ਹੁੰਦੀ ਕਿ ਸਿਰਫ ਅਮੀਰਾਂ ਨੂੰ ਉੱਤੇ ਲਿਆਉਣਾ, ਸਿਰਫ ਇੰਡਸਟਰੀਜ਼ ਨੂੰ ਛੱਡਣਾ ਅਤੇ ਗਰੀਬਾਂ ਨੂੰ ਮਾਰਨਾ, ਆਹ ਨਾਰਾ ਨਹੀਂ ਹੋਣਾ ਚਾਹੀਦਾ ਹਿੰਦੁਸਤਾਨ 'ਚ। ਠੀਕ ਹੈ, ਮੈਂ ਇੱਕ ਮਿੰਟ ਆ ਰਿਹਾ ਬ੍ਰਸਮਜੀਤ ਸਿੰਘ। ਵੈਸੇ ਤਾਂ ਹਿੰਦੀ 'ਚ ਕਹਿੰਦੇ ਆਏ, ਹੁਣ ਆਏ ਅਤੇ ਚਾਹ ਅਤੇ ਚਰਚਾ, ਆਏ ਅਤੇ ਚਾਏ, ਠੀਕ ਹੈ। ਪਹਿਲਾਂ ਉਹਨਾਂ ਨੇ ਚਾਹ 'ਤੇ ਚਰਚਾ ਕਰਦੇ ਰਹੇ, ਹੁਣ ਆਏ 'ਤੇ ਚਰਚਾ, ਆਮਦਨ 'ਤੇ ਚਰਚਾ ਹੋਣੀ ਸ਼ੁਰੂ ਹੋ ਗਈ ਆ, ਦੋਨਾਂ ਵਿੱਚ ਫਰਕ ਕੀ ਹੈਗਾ? ਦੋਨਾਂ 'ਚੋਂ ਗਰੰਟੀ ਕਹਿੰਦੀ ਹੈਗੀ? ਨਹੀਂ ਦੇਖੋ, ਜਿਹੜੀ ਪਹਿਲਾਂ ਵਾਲੀ ਚਰਚਾ ਸੀਗਾ ਨਾ, ਉਹ ਤਾਂ ਮੈਨੂੰ ਥੋੜ੍ਹੀ ਜਿਹੀ ਇੱਧਰ ਉੱਧਰ ਦੀ ਲੱਗਦੀ ਸੀ, ਜਿਵੇਂ ਮੁੱਦਿਆਂ ਤੋਂ ਹਟਣ ਵਾਲੀ ਗੱਲ। ਮੈਂ ਤਾਂ ਹੀ ਪਹਿਲੀ ਸੈਗਮੈਂਟ 'ਚ ਇਹ ਗੱਲ ਕਹੀ ਸੀ ਕਿ ਸਾਨੂੰ ਡਰ ਇਹ ਲੱਗਦਾ ਸੀ ਕਿ ਸਾਰੀ ਇਲੈਕਸ਼ਨ ਕਿਤੇ ਪਾਕਿਸਤਾਨ ਦੇ ਲੇਖੇ ਨਾ ਲੱਗ ਜਾਏ ਜਾਂ ਚੌਕੀਦਾਰਾਂ ਦੇ ਖਾਤੇ 'ਚ ਨਾ ਪੈ ਜਾਏ। ਪਰ ਚੌਕੀਦਾਰ ਗਰੀਬ ਨਹੀਂ ਹੁੰਦੇ? ਨਹੀਂ ਨਹੀਂ, ਉਹ ਚੌਕੀਦਾਰ ਤੇ ਪ੍ਰੋਟੈਸਟ ਕਰ ਰਿਹਾ ਕਿ ਤੁਸੀਂ ਸਾਨੂੰ ਬਦਨਾਮ ਨਾ ਕਰੋ, ਆਪਣੇ ਨਾਮ ਨਾਲ ਸਾਨੂੰ ਨਾ ਜੋੜੋ। ਇਸ ਡਿਬੇਟ ਦਾ ਹਿੱਸਾ ਨਹੀਂ ਬਣਨਾ ਚਾਹੁੰਦਾ। ਹਾਂ, ਬਿਲਕੁਲ ਨਹੀਂ ਬਣਨਾ ਚਾਹੁੰਦਾ, ਬਿਲਕੁਲ ਨਹੀਂ ਬਣਨਾ ਚਾਹੀਦਾ, ਕਿਉਂਕਿ ਉਹਨਾਂ ਦੇ ਪ੍ਰੋਟੈਸਟ ਕੀਤਾ ਬਹੁਤ ਵੱਡਾ ਗਿਆ ਸਾਨੂੰ ਇਹਦੇ ਨਾਲ। ਮੇਰਾ ਇੰਨਾ ਹੀ ਕਹਿਣਾ ਹੈ ਕਿ ਜਿਹੜੀ ਹੁਣ ਘੱਟੋ ਘੱਟ ਗਰੀਬ ਦੀ ਗੱਲ ਤੇ ਚੱਲੀ, ਗਰੀਬ ਅਮੀਰ ਦੇ ਦੋ ਭਾਰਤਾਂ ਦੇ ਪਾੜੇ ਦੀ ਗੱਲ ਤੇ ਚੱਲੀ, ਇਹ ਤਾਂ ਗੱਲ ਹੀ ਗੈਪ ਸੀ ਕਿ ਕੋਈ ਕਰਨਾ ਨਹੀਂ ਸੀ ਚਾਹੁੰਦਾ। ਇਸ ਕਰਕੇ ਮੈਂ ਕਹਿੰਦਾ ਜਿਹੜਾ ਏਜੰਡਾ ਇਹ ਸ਼ਿਫਟ ਹੋਇਆ, ਇਹ ਬੜਾ ਹੈਲਦੀ ਆ। ਹੁਣ ਇਹਦੇ 'ਚ ਕੋਈ ਗੱਲਾਂ ਗਾਂ ਕਿੰਨੀਆਂ? ਮਨਜੀਤ ਸਿੰਘ, ਏਜੰਡਾ ਹੈਲਦੀ ਹੈਗਾ, ਜਿਹੜੀ ਆਰਥਿਕ ਪਾੜੇ ਤੁਸੀਂ ਸਾਰੇ ਗੱਲ ਕਰਦੇ ਪਿਓ, ਰਾਜਨੀਤਿਕ ਪਾੜਾ ਬਹੁਤ ਵੱਡਾ ਹੈਗਾ, ਸਿਰਫ ਉਸ ਖਾਈ ਨੂੰ ਭਰਨ ਦੀ ਕੋਸ਼ਿਸ਼ ਤਾਂ ਨਹੀਂ? ਨਹੀਂ, ਮੈਂ ਇੰਨੀ ਗੱਲ ਇਹ ਕਹਿ ਰਿਹਾ ਕਿ ਜਿਹੜੀ ਹੁਣ ਤੁਸੀਂ ਗੱਲ ਹੈ ਕਿ ਇਹਦੇ ਰੈਪਰਕਸ਼ਨ ਕੀ ਹੋਣਗੇ, ਤੁਸੀਂ ਜਿਹੜਾ ਤੁਹਾਡਾ ਸਵਾਲ ਆ, ਮੈਨੂੰ ਇਹ ਲੱਗਦਾ ਕਿ ਇਹਦੇ 'ਚ ਕੁਛ ਜ਼ਿਆਦਾ ਹਿੱਸਾ ਇਹੋ ਜਿਹਾ ਵੀ ਹੈ ਇਸ ਸਾਰੀ ਸਕੀਮ ਦੇ ਵਿੱਚ ਕਿ ਵੋਟਾਂ ਪ੍ਰਭਾਵਿਤ ਕਰਕੇ ਕਿਵੇਂ ਕਰਨੀਆਂ। ਮੈਂ ਨਹੀਂ ਇਹ ਕਹਿੰਦਾ ਕਿ ਪੈਸਾ ਨਹੀਂ ਦਿੱਤਾ ਜਾਊਗਾ, ਪਰ ਉਸ ਪੈਸੇ ਦੇ ਨਾਲ ਜੇ ਇਹ ਕਹਿਣਗੇ ਕਿ ਦੇਸ਼ ਦੀ ਗਰੀਬੀ ਦੂਰ ਹੋ ਜੂਗੀ, ਉਹ ਗਰੀਬੀ ਨਹੀਂ ਦੂਰ, ਇਹ ਗਰੀਬਾਂ ਦਾ ਮੇਨਟੇਨੈਂਸ ਅਲਾਉਂਸ ਆ ਕਿ ਉਹਨਾਂ ਦੀ ਗਰੀਬੀ ਨੂੰ ਮੇਨਟੇਨ ਕਿਵੇਂ ਰੱਖਣਾ ਤਾਂ ਕਿ ਉਹ ਗਰੀਬ ਆਪਣੀ ਗਰੀਬੀ ਵਾਲੀ ਜਗ੍ਹਾ 'ਚ ਬਚਿਆ ਰਹੇ। ਪਰ ਜੇ ਤੁਸੀਂ ਕਹੋ ਕਿ ਗਰੀਬ ਨੂੰ ਦੂਜਿਆਂ ਦੇ ਬਰਾਬਰ ਕਰਨਾ ਜਾਂ ਜਿਹੜੀ ਅਸਮਾਨਤਾ ਆ ਉਹਦੇ ਵਿੱਚ ਸਮਤਾ ਲਿਆਉਣੀ ਆ, ਇਹੋ ਜਿਹਾ ਇਨਸਾਫ ਆਰਥਿਕ ਇਨਸਾਫ ਇਹਦੇ 'ਚੋਂ ਬਹੁਤਾ ਨਹੀਂ ਨਿਕਲਣਾ। ਉਹਦਾ ਕਾਰਨ ਮੈਂ ਦੱਸਦਾ, ਜਦ ਤੱਕ ਇਸ ਦੇਸ਼ ਦੇ ਵਿੱਚ ਕਿਸਾਨਾਂ ਨੂੰ ਵਾਜਬ ਭਾਅ ਨਹੀਂ ਮਿਲਦੇ, ਜਦ ਤੱਕ ਜਦ ਮਜ਼ਦੂਰਾਂ ਨੂੰ ਪੂਰੀ ਮਜ਼ਦੂਰੀ ਅਤੇ ਉਹਨਾਂ ਨੂੰ ਪੂਰਾ ਕੰਮ ਹੀ ਨਹੀਂ ਮਿਲਦਾ, ਕੰਮ ਹੀ ਨਹੀਂ ਮਿਲ ਰਿਹਾ, ਮਜ਼ਦੂਰੀ ਤਾਂ ਬਾਅਦ ਦੀ ਗੱਲ ਆ, ਉਹ ਨਹੀਂ ਮਿਲਦੀ ਜਿਹੜੀ ਇੱਜ਼ਤਯੋਗ ਮਜ਼ਦੂਰੀ ਹੋਵੇ, ਔਰ ਜਦ ਤੱਕ ਲੋਕਾਂ ਨੂੰ ਮੁਫਤ ਅਤੇ ਮਿਆਰੀ ਸਿੱਖਿਆ ਨਹੀਂ ਮਿਲਦੀ ਤਾਂ ਕਿ ਉਹ ਖੁਦ ਆਪਣਾ ਕੰਮ ਆਪ ਚਲਾ ਸਕਣ, ਔਰ ਜਿੰਨੀ ਉਹ ਐਜੂਕੇਸ਼ਨ ਚਾਹੁਣ, ਜਿੰਨੀ ਸਿੱਖਿਆ ਚਾਹੁਣ, ਭਾਵੇਂ ਉਹ PhD ਕਰਨ, ਉਹ ਮੁਫਤ ਮਿਲਣੀ ਚਾਹੀਦੀ, ਉਹਨਾਂ ਦਾ ਅਧਿਕਾਰ ਹੋਣਾ ਚਾਹੀਦਾ ਉਦੋਂ ਤੱਕ ਬਾਕੀ ਮਿਲਣੀ ਚਾਹੀਦੀ ਹੈ, ਉਦੋਂ ਤੱਕ ਬਾਕੀ ਦੇ ਸਾਰੇ ਲਾ ਰਹੇ ਆ, ਉਹਦੇ ਨਾਲ ਰਿਜ਼ਲਟ ਕੀ ਨਿਕਲਣਾ ਆ ਕਿ ਇੰਨਾ ਪੈਸਾ ਵੰਡ ਕੇ ਵਰਲਡ ਬੈਂਕ ਨੂੰ IMF ਨੂੰ ਇਹਨਾਂ ਨੇ ਦੱਸ ਦੇਣਾ ਆ ਕਿ ਅਸੀਂ ਆ ਸਾਰਿਆਂ ਦੀ ਗਰੀਬੀ ਦੂਰ ਕਰਤੀ ਕਿਉਂਕਿ ਇੰਨੇ ਨੇ ਪੈਸੇ ਦਿੱਤੇ। ਠੀਕ ਹੈ, ਛੋਟਾ ਜਿਹਾ ਬ੍ਰੇਕ ਲਵਾਂਗੇ, ਬ੍ਰੇਕ ਤੋਂ ਬਾਅਦ ਵਾਪਸ ਆਵਾਂਗੇ। ਡਾਕਟਰ ਗਰਗ ਤੋਂ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਅਸੀਂ ਗਰੰਟੀ ਮੰਨੇ ਗਰੀਬ, ਕਿਉਂਕਿ ਸਵਾਲ ਬਹੁਤ ਸਾਰੇ ਹੈਗੇ ਆ। ਆਰਥਿਕ ਅਸਾਮਾਪਨ ਖਤਮ ਹੋ ਸਕਦਾ, ਕਿਤੇ ਉਹ ਕਰਜ਼ ਮਾਫ਼ੀ ਅਤੇ ਇਸ ਸਕੀਮ ਨੂੰ ਇਕੱਠੇ ਜੋੜ ਕੇ ਦੇਖਿਆ ਜਾ ਸਕਦਾ ਹੈਗਾ, ਅਤੇ ਸਵਾਲ ਇੱਥੇ ਆ ਕੇ ਰੁਕਦਾ ਹੈਗਾ ਅਤੇ ਗਰੀਬ ਦੇ ਨਾਂ 'ਤੇ ਵੋਟਾਂ ਲੈ ਕੇ ਸਿਰਫ ਅਮੀਰੀ ਵੋਟਾਂ ਦੀ ਤਰ੍ਹਾਂ ਲਈ ਜਾ ਰਹੀ ਹੈਗੀ। ਬ੍ਰੇਕ ਤੋਂ ਵਾਪਸ ਆ ਰਹੇ ਪਾਲੀ, ਕੋਈ ਪੁੱਛ ਰਹੇ ਵੱਡਾ ਸਵਾਲ, ਅਸੀਂ ਇਹ ਪੁੱਛ ਰਹੇ ਇਸ ਡਿਬੇਟ ਦੇ ਵਿੱਚ, ਅਮੀਰਾਂ ਅਤੇ ਗਰੀਬਾਂ ਲਈ ਇੱਕ ਮੁਲਖ ਵਾਲੀ ਗਰੰਟੀ ਪੂਰੀ ਹੋਣ ਦੀ ਕੀ ਗਰੰਟੀ ਹੈਗੀ? ਡਾਕਟਰ ਪਹਿਲਾ ਗਰਗ, ਹਾਂਜੀ, ਸਵਾਲ ਇਹ ਹੈਗਾ ਕਿ ਜਦੋਂ ਰਾਹੁਲ ਗਾਂਧੀ ਮਨਰੇਗਾ ਦਾ ਜ਼ਿਕਰ ਕਰਨ,
ਤੇ ਮਰੇਗਾ। ਇਹਨਾਂ ਤਿੰਨਾਂ ਨੂੰ ਜੇ ਮੈਂ ਇੱਕ ਭਾਸ਼ਾ ਵਿੱਚ ਸਮਝਣਾ ਚਾਹਾਂ, ਇਹਨਾਂ ਤਿੰਨਾਂ ਦਾ ਕਿਤੇ ਨਾ ਕਿਤੇ ਕੋਈ ਮੇਲ ਹੈ ਜਾਂ ਨਹੀਂ? ਬਿਲਕੁਲ ਹੈਗਾ। ਪਹਿਲੀ ਗੱਲ ਇਹ ਹੈ, ਇਹ ਕਹਿਣਾ, ਬਲਕਿ ਮੈਂ ਕਹਾਂਗਾ ਪਿਛਲੀ ਵਾਰੀ ਕਾਂਗਰਸ ਦੇ ਹਾਰਨ ਦਾ ਵੱਡਾ ਕਾਰਨ ਇਹ ਸੀ, ਜੋ ਵਰਲਡ ਬੈਂਕ ਦਾ ਦਬਾਅ ਸੀ, ਕਹਿਣ ਨੂੰ ਬੜੀ ਔਖੀ ਲੱਗਦੀ ਹੈ ਗੱਲ, ਉਹ ਵਰਲਡ ਬੈਂਕ ਦਾ ਦਬਾਅ ਕਾਂਗਰਸ ਤੋਂ ਆਪਦੇ ਹਿਸਟੋਰੀਕਲ ਪਰਸਪੈਕਟਿਵ ਕਰਕੇ, ਆਜ਼ਾਦੀ ਦੀ ਲੜਾਈ ਦੇ ਰੋਲ ਕਰਕੇ, ਇੱਕ ਪਰੰਪਰਾਵਾਂ ਕਰਕੇ ਉਸ ਹੱਦ ਤੱਕ ਗੱਲ ਨਹੀਂ ਘੁੱਟ ਸਕਦੀ ਸੀ ਲੋਕਾਂ ਦਾ, ਜਿਸ ਹੱਦ ਤੱਕ ਕੋਈ ਹੋਰ ਘੁੱਟ ਸਕਦੇ ਨੇ। ਉਹਦੇ ਵਿੱਚ ਕੀ ਹੋਇਆ, ਮਨਰੇਗਾ ਸ਼ੁਰੂ ਹੋਈ। ਮਨਰੇਗਾ ਕੀ ਸੀ ਕਿ ਲੋਕਾਂ ਨੂੰ ਘੱਟੋ ਘੱਟ ਕੰਮ ਤਾਂ ਦੇ ਦਿਓ, ਉਹ ਗੱਲ ਵੱਖਰੀ ਹੈ ਵੀ ਉਹਦਾ ਬਜਟ ਨਹੀਂ ਵਧਾਇਆ, ਪਹਿਲਾਂ ਤਾਂ ਕਿਹਾ ਵੀ ਇਹਨੂੰ ਖਤਮ ਕਰ ਦਾਂਗੇ ਨਵੀਂ ਸਰਕਾਰ ਆਈ, ਫਿਰ ਇਹਨਾਂ ਨੇ ਆਖਿਆ ਨਹੀਂ ਨਹੀਂ ਬਜਟ 45,000 ਕਰੋੜ ਹੈ, ਪਹਿਲਾਂ 38,000 ਕਰੋੜ ਦਿੱਤਾ, ਫਿਰ 45,000, ਹੁਣ ਕਹਿੰਦੇ 55-60,000 ਕਰੋੜ। ਉਹਦੇ ਵਿੱਚ ਮਨਰੇਗਾ ਨੂੰ ਪ੍ਰੋਪਰਲੀ ਲਾਗੂ ਕਰਨ ਦੀ ਲੋੜ ਸੀ, ਜਿਹਦੇ ਨਾਲ 100 ਦਿਨ ਦਾ ਰੁਜ਼ਗਾਰ ਮਿਲਣਾ ਸੀ, ਜਿਹੜਾ ਪੂਰੇ ਮੁਲਕ ਦੇ ਵਿੱਚ ਇੱਕ ਗੇਮ ਚੇਂਜਰ ਹੈ। ਅੱਜ ਵੀ ਮੈਂ ਕਹਿਣਾ ਰੂਰਲ ਇਕਾਨਮੀ ਨੂੰ ਜੇ ਬਚਾਉਣਾ ਹੈ, ਜੇ 5 ਏਕੜ ਤੱਕ ਦੇ ਕਿਸਾਨ ਨੂੰ ਬਚਾਉਣਾ ਹੈ, ਤਾਂ ਮਨਰੇਗਾ ਨੂੰ ਇੰਪਲੀਮੈਂਟ ਨੰਬਰ 1 ਠੀਕ ਹੈ, ਮਨਰੇਗਾ ਗੇਮ ਚੇਂਜਰ। ਹਾਂ ਠੀਕ, ਉਹਦੇ ਵਿੱਚ ਕੀ ਫਾਇਦਾ ਹੋਏਗਾ, ਮੈਂ ਥੋੜ੍ਹੀ ਜਿਹੀ ਗੱਲ ਤੇ ਆ ਠੀਕ ਠੀਕ ਹਾਂ ਹਾਂ ਕਰੋ ਕਰੋ ਕਰੋ। ਜਿਹੜਾ ਇਹ ਕਿਹਾ ਜਾ ਰਿਹਾ ਵੀ ਆਮਦਨੀ ਹੋਏਗੀ, ਜਦ ਮਨਰੇਗਾ ਦਾ 40,000 ਰੁਪਈਆ ਹਰ ਘਰ ਦੇ ਵਿੱਚ ਜਾਏਗਾ, ਅਤੇ ਜੇ ਪੰਜਾਬ ਦੇ 28 ਲੱਖ ਘਰਾਂ 40,000 ਰੁਪਈਆ ਜਾਏਗਾ, ਉਹਨੇ ਕਿਸੇ ਤਿਜੋਰੀ 'ਚ ਨਹੀਂ ਪਾਉਣਾ ਵੀ ਕੱਲ੍ਹ ਨੂੰ ਨੋਟਬੰਦੀ ਹੋਊ ਅਤੇ ਮੇਰੇ ਉੱਤੋਂ ਬੈਂਕ ਦੇ ਵਿੱਚ ਝਗੜਾ ਪੈ ਜੇ। ਉਹਨਾਂ ਦੇ ਵਿਚਾਰੇ ਨੇ ਕੋਈ ਕੱਪੜਾ ਖਰੀਦਣਾ, ਸਰਕੂਲੇਟ, ਉਹਨੇ ਕੋਈ ਸਮਾਨ ਖਰੀਦਣਾ, ਜਦ ਉਹ ਖਰੀਦੇਗਾ ਉਹ ਤਾਂ GST ਮਿਲੇਗਾ, ਉਹ ਸਰਕਾਰ ਨੂੰ ਆਮਦਨ ਹੋਏਗੀ। ਬੰਦੇ ਨੇ ਵੀ ਆਪਦੀ ਪੜ੍ਹਾਈ 'ਤੇ ਖਰਚ ਕਰੇਗਾ, ਇਲਾਜ 'ਤੇ ਖਰਚ ਕਰੇਗਾ, ਘਰ ਬਣਾਉਣ 'ਤੇ ਖਰਚ ਕਰੇਗਾ, ਕੱਪੜੇ ਲਏਗਾ, ਕਿਰਾਏ 'ਤੇ ਖਰਚ ਕਰੇਗਾ, ਸੋ ਉਸ ਖਰਚੇ ਤੋਂ ਸਰਕਾਰ ਨੂੰ ਆਮਦਨ ਹੋਏਗੀ। ਇੱਦਾਂ ਹੀ ਜਿਹੜੀ ਇਹ ਮਿਨੀਮਮ ਇਨਕਮ ਗਰੰਟੀ ਹੈ, ਇਹ ਵੀ ਉਸੇ ਦਾ ਪਾਰਟ ਹੈ, ਇੱਕ ਸਾਰੀ ਦੁਨੀਆਂ 'ਚ ਇਹ ਵੀ ਚੱਲ ਰਿਹਾ ਕਿ ਇਨਕਮ ਉਹਦਾ ਜਿਹੜਾ ਮਨਰੇਗਾ ਟਾਈਪ ਹੈ ਵੀ ਲੋਕਾਂ ਨੂੰ ਕੰਮ ਜ਼ਰੂਰ ਦਿਓ। ਕਈ ਮੁਲਕਾਂ ਨੇ ਇਹ ਵੀ ਕਰਿਆ ਵੀ ਤੁਹਾਨੂੰ ਪੈਸੇ ਤਾਂ ਮਿਲਣਗੇ ਜੇ ਤੁਸੀਂ ਆਪਣੇ ਬੱਚਿਆਂ ਨੂੰ ਸਕੂਲ 'ਚ ਪਾਓਗੇ, ਨਹੀਂ ਨਹੀਂ ਮਿਲਦੇ। ਜੇ ਤੁਸੀਂ ਆਪਣੀ ਹੈਲਥ ਦਾ ਇਲਾਜ ਕਰਾਓਗੇ, ਇਹ ਨਹੀਂ ਵੀ ਬਿਮਾਰ ਪੈ ਰਹੋ ਪੈਸੇ ਲਈ ਜਾਓ, ਉਹ ਸ਼ਰਤਾਂ ਵੀ ਲਾਉਂਦੇ ਨੇ। ਕਈ ਮੁਲਕ ਇਹਨਾਂ ਨੇ ਨਹੀਂ ਲਾਈਆਂ, ਉਹ ਗੱਲ ਵੱਖਰੀ ਹੈ ਕਿਵੇਂ ਆਉਂਦੀ ਸਕੀਮ, ਉਹ ਤਾਂ ਡਿਟੇਲ ਦੱਸੇਗੀ ਜੇ ਸਰਕਾਰ ਆਉਂਦੀ ਹੈ। ਇਹਦੇ ਵਿੱਚ ਮਿਨੀਮਮ ਗਰੰਟੀ ਦਾ ਇਹ ਹੈ, ਇਹ ਕੋਈ ਦਾਨ ਨਹੀਂ ਹੈ, ਲੋਕਾਂ ਦੇ ਇੱਕ ਰਾਈਟ ਸੀ ਜਿਹੜਾ ਉਹਨਾਂ ਤੋਂ ਨਾ ਤਾਂ ਵੇਜਸ ਦੇ ਰੂਪ 'ਚ ਦਿੱਤਾ ਜਾ ਰਿਹਾ ਸੀ, ਨਾ ਉਹਨਾਂ ਨੂੰ ਮਿਨੀਮਮ ਤਨਖਾਹ ਦੇ ਰੂਪ 'ਚ ਦਿੱਤਾ ਜਾ ਰਿਹਾ ਸੀ, ਨਾ ਉਹਨਾਂ ਨੂੰ ਸਰਕਾਰੀ ਸਹੂਲਤਾਂ ਦੇ ਰੂਪ 'ਚ ਮਿਲ ਰਿਹਾ ਸੀ। ਉਹਨਾਂ ਆਖਿਆ ਚਲੋ ਯਾਰ ਇੰਨਾ ਕੁ ਪੈਸੇ ਤੁਹਾਨੂੰ ਅਸੀਂ ਹਿੱਸੇ 'ਚੋਂ ਦਿੰਦੇ ਹਾਂ। ਇਹ ਹਿੰਦੁਸਤਾਨ ਤਕਰੀਬਨ ਤੁਸੀਂ ਆਪਣੀ ਗੱਲ ਪੂਰੀ ਕੀਤੀ, ਮੈਂ ਇੱਕ ਸਵਾਲ ਨਾਲ ਜੋੜਨਾ ਚਾਹੁੰਦਾ, ਜਿਹੜੀ ਗੱਲ ਤੁਸੀਂ ਕਹੀ ਹੈ ਵੀ ਇਹ ਕੋਈ ਦਾਨ ਨਹੀਂ ਹੈਗਾ, ਬਿਲਕੁਲ ਤੁਸੀਂ ਗੱਲ ਕਰ ਰਹੇ, ਬਿਲਕੁਲ ਵੀ ਲੋਕਾਂ ਦਾ ਰਾਈਟ ਹੈ, ਹਾਂ ਕਹਿਣਾ ਲੋਕਾਂ ਦਾ ਹੱਕ ਹੈ ਜਿਹੜਾ ਉਹਨਾਂ ਨੂੰ ਮਿਲ ਰਿਹਾ। ਮੇਰਾ ਸਵਾਲ ਇਹ ਹੈਗਾ, ਜਿਹੜਾ ਇਸ ਸਵਾਲ ਇਸ ਵਜੇ ਤੈਰਦਾ ਪਿਆ ਹੈਗਾ ਕਿ ਮਿਡਲ ਕਲਾਸ ਟੈਕਸ ਭਰਦਾ ਹੋਵੇ, ਮਿਡਲ ਕਲਾਸ ਕਮਾਵੇ ਤੇ ਨੇਤਾ ਲੋਕ ਲੁਟਾ ਦੇ। ਬਿਲਕੁਲ ਨਹੀਂ, ਬਿਲਕੁਲ ਨਹੀਂ, ਇਹ ਮਿਡਲ ਕਲਾਸ ਨੂੰ ਇੱਕ ਬਹੁਤ ਬੜਾ ਕਨਫਿਊਜ਼ਨ ਹੈ ਕਿ ਅਸੀਂ ਟੈਕਸ ਭਰਦੇ ਹਾਂ। ਟੈਕਸ ਹਰ ਬੰਦਾ ਜਿਹੜਾ ਇੱਕ ਗੁਬਾਰਾ ਖਰੀਦਦਾ ਹੈ, ਜਿਹੜਾ ਬੰਦਾ ਇੱਕ ਰੋਟੀ ਖਾਂਦਾ ਹੈ, ਇੱਕ ਡਬਲ ਰੋਟੀ ਖਰੀਦਦਾ ਹੈ, ਇੱਕ ਪੈਨਸਲ ਖਰੀਦਦਾ ਹੈ, ਇੱਕ ਬੱਸ ਦੇ ਵਿੱਚ ਟਿਕਟ ਖਰੀਦਦਾ ਹੈ, ਉਹ ਵੀ ਟੈਕਸ ਭਰ ਰਿਹਾ। ਕਿਵੇਂ? ਪੰਜਾਬ ਦੇ ਟੈਕਸ ਨਾਲ, ਉਹੀ ਮੁਲਕ ਦੇ ਸਾਰੀ ਦੀ ਸਿਚੁਏਸ਼ਨ ਹੈ ਪੰਜਾਬ। ਬਲਕਿ ਜਿਹੜੇ ਮਿਡਲ ਕਲਾਸ ਆ ਜਾਂ ਉਦੋਂ ਉੱਪਰਲੇ ਨੇ, ਉਹਨਾਂ ਦੇ ਟੈਕਸ ਇਹਨਾਂ ਨੇ ਮਾਫ਼ ਕਰੇ ਨੇ। ਪੰਜਾਬ ਦੇ ਵਿੱਚ 106.10 ਰੁਪਏ ਡਾਇਰੈਕਟ ਟੈਕਸ ਸੀਗਾ 1999-2000 'ਚ, 2008 'ਚ ਆ ਕੇ ਉਹ 19 ਪੈਸੇ ਰਹਿ ਗਿਆ, ਅਤੇ ਅੱਜ ਉਹ 22.5 ਰੁਪਈਏ ਹੈ। ਇਨਡਾਇਰੈਕਟ ਟੈਕਸ ਜਿਹੜਾ ਸੀ ਉਹ 1900 ਰੁਪਈਆ ਸੀ, ਅੱਜ ਉਹ 13,500 ਹੈ। ਉਸੇ ਟੈਕਸ 'ਚੋਂ ਪੈਸਾ ਜਿਹੜਾ 48,000 ਪਲੀਜ਼ ਲਟਮੀ 48,311 ਕਰੋੜ, ਜਾਣੀ ਕਿ ਰਫਲੀ 49,000 ਕਰੋੜ ਰੁਪਈਆ ਇਸ ਸਰਕਾਰ ਨੇ ਇਸ ਸਾਲ 2019-20 ਦੇ ਵਿੱਚ, ਇਹ ਕਾਂਗਰਸ ਸਰਕਾਰ ਨੇ ਪੰਜਾਬ 'ਚ ਕਿਹਾ ਵੀ ਅਸੀਂ ਇਕੱਠਾ ਕਰਾਂਗੇ ਰੈਵਨਿਊ ਦਾ, ਉਹ ਰੈਵਨਿਊ ਕਾਮਨ ਮੈਨ ਤੋਂ ਆਉਣਾ, ਉਹ ਰੈਵਨਿਊ ਕੋਈ ਇਨਕਮ ਟੈਕਸ ਵਾਲਿਆਂ 'ਚੋਂ ਨਹੀਂ ਆਉਣਾ। ਸੋ ਇਸ ਕਰਕੇ ਇਹ ਕਹਿਣਾ ਕਿ ਗਰੀਬ ਟੈਕਸ ਦਿੰਦਾ, ਅਮੀਰ ਟੈਕਸ ਦਿੰਦਾ, ਮਿਡਲ ਕਲਾਸ ਟੈਕਸ, ਮਿਡਲ ਕਲਾਸ ਦਾ ਸਵਾਲ ਵਿੱਚ ਆਉਣਾ, ਇਹਦਾ ਮਤਲਬ ਜਾਣ ਬੁੱਝ ਕੇ ਭੰਬਲ ਭੁਸੇ ਪਾਉਣ ਦੀ ਕੋਸ਼ਿਸ਼ ਹੈ। ਹਾਂ ਬਿਲਕੁਲ ਬਿਲਕੁਲ, ਜਿਹੜੇ ਵੀ ਸਾਰੇ ਇਕਨੋਮਿਸਟ ਕਿ ਜੇ ਤਾਂ ਭੱਠਾ ਵੀ ਜੂਗਾ ਕਰਜ਼ਾ ਮਾਫ਼ ਕਰਨ ਵੇਲੇ ਵੀ ਇਹੀ ਗੱਲ ਆਉਂਦੀ ਹੈ। ਇਟ ਇਜ਼ ਦ ਰਾਈਟ ਆਫ ਦੀ ਪੀਪਲ ਕਿ ਕਰਜ਼ਾ ਮਾਫ਼ ਹੋਵੇ, ਉਹਨਾਂ ਨੂੰ ਮਿਨੀਮਮ ਇਨਕਮ ਗਰੰਟੀ ਹੋਵੇ, ਉਹਨਾਂ ਨੂੰ ਜੋਬ ਦੀ ਗਰੰਟੀ ਹੋਵੇ ਜਿਹ 'ਚ ਮਰੇਗਾ ਇੱਕ ਪਾਰਟ, ਠੀਕ ਹੈ, ਉਹਨਾਂ ਦਾ ਰਾਈਟ ਆ ਉਹਨਾਂ ਦਾ, ਠੀਕ ਹੈ। ਪੁੱਲਰ ਸਾਹਿਬ, ਸਵਾਲ ਇਹ ਹੈਗਾ, ਤੁਸੀਂ ਇੱਕ ਕਿਸਾਨਾਂ ਲਈ ਸਕੀਮ ਲੈ ਕੇ ਆਏ 6,000 ਰੁਪਇਆ ਸਾਲਾਨਾ, ਤੁਸੀਂ ਜਿਹੜਾ ਸਾਰਾ ਦੱਸਿਆ ਹੈਗਾ, ਇੱਕ ਤੁਸੀਂ 15 ਲੱਖ ਵਾਲੀ ਗੱਲ ਕਹੀ ਚੋਣਾਂ ਤੋਂ ਪਹਿਲਾਂ, ਇੱਕ ਇਹਨਾਂ ਨੇ ਗੱਲ ਕਹਿਤੀ ਹੁਣ 72,000 ਵਾਲੀ, ਤੁਸੀਂ ਆਪਦੀ ਕਿਹੜੀ ਯੋਜਨਾ ਨਾਲ, ਉਸ ਕੰਨਿਆ ਨਿਧੀ ਜੋ ਜੋ ਤੁਸੀਂ ਲਾਉਣਾ ਚਾਹੋ, ਤੁਹਾਡੀ ਮਰਜ਼ੀ ਹੈਗੀ, ਤੁਸੀਂ ਬਹੁਤ ਸਕੀਮਾਂ ਲਾਂਚ ਕੀਤੀਆਂ ਸੋਸ਼ਲ ਮੀਡੀਆ 'ਤੇ, ਇੱਕ ਬਹੁਤ ਵਾਇਰਲ ਕਰਦੇ ਮੈਂ ਤੁਸੀਂ, ਮੇਰੇ ਕੋਲ ਤਾਂ ਪੜੀਆਂ ਨਹੀਂ ਗਈਆਂ ਇੰਨੀਆਂ ਸਕੀਮਾਂ, ਹਾਂ ਮੇਰੇ ਕੋਲ ਇੰਨੀਆਂ ਪੜੀਆਂ ਨਹੀਂ ਗਈਆਂ, ਗਿਣਤੀ ਨਹੀਂ ਹੋ ਰਹੀ ਮੇਰੇ ਤੋਂ। ਪੁੱਲਰ ਸਾਹਿਬ, ਇਹਨਾਂ ਦੀ ਸਕੀਮ ਦੇ ਨਾਲ, ਕਿਹੜੀ ਸਕੀਮ ਦੇ ਨਾਲ ਤੁਸੀਂ ਆਪਦੀ ਸਕੀਮ ਨੂੰ ਕੰਪੇਅਰ ਕਰਨਾ ਚਾਹੁੰਦੇ? ਦੇਖੋ, ਮੈਂ ਤੁਹਾਡੀ ਗੱਲ ਦਾ ਜਵਾਬ ਦਿੰਦਾ ਕਿ ਮੈਂ ਸਾਡੇ ਕਾਂਗਰਸ ਦੇ ਪ੍ਰਵਕਤਾ ਉਹਨਾਂ ਨੂੰ ਕੁਝ ਗੱਲ ਪੁੱਛਣੀ ਚਾਹੁੰਦਾ। ਗਰੀਬੀ ਦਾ ਨਾਰਾ ਸਨ 71 ਤੋਂ ਸਟਾਰਟ ਹੋਇਆ, ਔਰ ਅਮੇਠੀ ਔਰ ਰਾਏਬਰੇਲੀ ਜਿਹੜੀ ਸੀਟ ਹੈ, ਇਹ ਤੋਂ ਲਗਾਤਾਰ ਕਾਂਗਰਸ ਦੇ ਜਿਹੜੇ ਮੇਨ ਕੈਂਡੀਡੇਟ ਨੇ ਉਹ ਉੱਥੇ ਰਹੇ ਨੇ।
ਨਾਰਾ ਦੇ ਲਾਉਂਦੇ ਰਹੇ ਆ ਇਹ ਕਹਿੰਦੇ ਹੁਣ ਗਰੀਬ ਸਾਰੇ ਕੱਲੇ ਯੂਪੀ ਥੋੜੀ ਆ ਗਏ ਆਪਾਂ ਡਿਬੇਟ ਨੂੰ ਡਾਈਵਰਟ ਕਰਦੇ ਪਏ ਨਹੀਂ ਭੁੱਲਣ ਸਾਹਿਬ ਮੈਂ ਸਵਾਲ ਬੜਾ ਸਿੰਪਲ ਕੀਤਾ ਹੈ ਨਹੀਂ ਮੈਂ ਸਵਾਲ ਬੜਾ ਸਿੰਪਲ ਕੀਤਾ ਇੰਨੀ ਵਾਰ ਸਰਕਾਰ ਰਹਿਣ ਤੋਂ ਬਾਅਦ ਮੈਂ ਟੌਪ ਵਾਲਾ ਸਵਾਲ ਵੀ ਤੁਹਾਨੂੰ ਕੀਤਾ ਨਹੀਂ ਛੱਡੋ ਕਿਹੜੀ ਗਰੀਬੀ ਹਟਾ ਭੁੱਲਣ ਸਾਹਿਬ ਉਹ ਤਾਂ ਜਰਨਲੀ ਸਵਾਲ ਇਹਨਾਂ ਤੁਸੀਂ ਪੁੱਛ ਰਹੇ ਹੋ 55 ਸਾਲ ਹੋ ਗਏ ਤੁਸੀਂ ਕੀਤਾ ਸਵਾਲ ਮੈਂ ਬੜਾ ਸਿੰਪਲ ਪੁੱਛਦਾ ਨਾ ਸਵਾਲ ਮੈਂ ਤਾਂ ਲੋਕਾਂ ਦੀ ਕਚਹਿਰੀ 'ਚ ਖੜਾ ਸਵਾਲ ਤੁਸੀਂ ਆਪਦੀ ਕਿਹੜੀ ਯੋਜਨਾ ਨਾਲ ਇਹਨਾਂ ਦੀ ਯੋਜਨਾ ਕੰਪੇਅਰ ਕਰਨਾ ਚਾਹੁੰਦੇ ਹੋ ਅਸੀਂ ਜਿਹੜਾ ਸਕਿੱਲ ਡਿਵੈਲਪਮੈਂਟ ਲੈ ਕੇ ਆਉਂਦਾ ਸੀ ਇਸੇ ਕਰਕੇ ਲੈ ਕੇ ਆਉਂਦਾ ਸੀ ਕਿ ਜਿਹੜਾ ਇੱਕ ਬੱਚਾ ਕੋਈ ਪੜ੍ਹ ਜਾਂਦਾ ਹੈ ਚਾਹੇ ਕੋਈ ਗਰੀਬ ਹੈ ਕੋਈ ਅਮੀਰ ਹੈ ਕੋਈ ਜਿਹੋ ਜਿਹਾ ਵੀ ਹੈ ਅਗਰ ਉਹ ਕੋਈ ਸਕਿੱਲ ਡਿਵੈਲਪਮੈਂਟ ਦੇ ਵਿੱਚ ਆ ਕੇ ਆਪਣਾ ਕੋਈ ਰੁਜ਼ਗਾਰ ਕਰਨਾ ਚਾਹੁੰਦਾ ਉਹਦੇ ਲਈ ਅਸੀਂ ਸਕੀਮਾਂ ਲੈ ਕੇ ਆਉਂਦੀਆਂ ਉਹਦੇ ਲਈ ਅਸੀਂ ਲੋਨ ਦੀ ਫੈਸਿਲਿਟੀ ਪ੍ਰੋਵਾਈਡ ਕਰਨੀ ਸ਼ੁਰੂ ਕੀਤੀ ਔਰ ਬਹੁਤ ਸਾਰੇ ਲੋਕ ਉਸ ਸਕੀਮ ਦੇ ਨਾਲ ਅੱਗੇ ਵਧੇ ਵੀ ਹੈ ਅਸੀਂ ਇਹ ਕਹਿੰਦੇ ਹਾਂ ਕਿ ਠੀਕ ਹੈ ਗਰੀਬ ਨੂੰ ਰੁਜ਼ਗਾਰ ਦਿਓ ਉਹਨੂੰ ਇਹ ਆਦਤ ਨਾ ਪਾਓ ਕਿ ਘਰ ਬਹਿ ਕੇ ਖਾਣ ਦੀ ਆਦਤ ਪਾ ਦਿਓ ਤੁਸੀਂ ਉਹਦੇ ਕਦੀ ਵੀ ਕੰਮ ਨਹੀਂ ਕਰੂਗਾ ਗਰੀਬ ਨੂੰ ਰੁਜ਼ਗਾਰ ਦਿੱਤਾ ਤੁਸੀਂ ਬਿਲਕੁਲ ਰੁਜ਼ਗਾਰ ਦਿੱਤਾ ਜੀ ਅਸੀਂ ਉਹ ਜਾ ਕੇ ਮਈ ਚ ਜਾ ਕੇ ਅਗਲੀ ਸਰਕਾਰ ਕਿਹੜੀ ਆਉਂਦੀ ਉਹਨੇ ਲਾਗੂ ਕਰਨਾ ਬੜੇ ਬੜੇ ਸੋਹਣੇ ਸੁਪਨੇ ਦਿਖਾਏ ਬੜੇ ਬੜੇ ਨੋਟਬੰਦੀ ਇਹਨਾਂ ਨੇ ਕੀਤੀ ਦੁਨੀਆ ਕਿੱਥੇ ਚਲੀ ਗਈ GST ਇਹਨਾਂ ਨੇ ਲਾਇਆ ਦੁਨੀਆ ਕਿੱਥੇ ਚਲੀ ਗਈ ਤੁਹਾਡੇ ਸਾਹਮਣੇ ਹੈ ਹਿੰਦੁਸਤਾਨ ਦੇ ਅੰਦਰ 10 ਕਰੋੜ ਨੌਕਰੀ ਕਈ ਜਿਹਦੇ 'ਚ ਪੰਜਾਬ ਨੂੰ ਤਾਂ ਗਿਣਦੇ ਹੀ ਨਹੀਂ ਅਤੇ ਪੰਜਾਬ ਨਾਲ ਕਿੰਨਾ ਕੁ ਵਿਤਕਰਾ ਹੋ ਰਿਹਾ ਤੁਹਾਡੇ ਸਾਹਮਣੇ ਹੈ ਸਾਰੇ ਪੱਤਰਕਾਰ ਸਾਹਿਬਾਨ ਸਾਰਾ ਇਲੈਕਟ੍ਰੋਨਿਕ ਮੀਡੀਆ ਪ੍ਰਿੰਟ ਮੀਡੀਆ ਸਾਰਾ ਜਿਹੜੀ ਗੱਲ ਕਰਦੇ ਜਿਹੜੀ ਗੱਲ ਕੀਤਾ ਵਿਤਕਰਾ ਜਦੋਂ ਜਿਹੜਾ ਜੋ ਅਸੀਂ ਕੀਤਾ ਜੋ ਅੱਜ ਹਿੰਦੁਸਤਾਨ ਦੇ ਅੰਦਰ ਇਹ ਗੱਲ ਕਹੀ ਜਾਂਦੀ ਹੈ ਕਿ ਮਨਮੋਹਨ ਸਿੰਘ ਸਾਹਿਬ ਜਦੋਂ ਹਿੰਦੁਸਤਾਨ ਦੇ ਪ੍ਰਧਾਨ ਮੰਤਰੀ ਸੀ ਅਤੇ ਪੰਜਾਬ ਦੇ ਅੰਦਰ ਵਿਕਾਸ ਹੋਇਆ ਸੀ ਉਦੋਂ ਬਾਦਲ ਸਾਹਿਬ ਸਨ ਇੱਥੇ ਦੇ ਮੁੱਖ ਮੰਤਰੀ ਮੈਂ ਤੋਂ ਅਪੀਲ ਹੀ ਕਰਦਾ ਵੋਟਾਂ ਪਵਾ ਦੇਣਾ ਤੁਹਾਨੂੰ ਇੱਕ ਗੱਲ ਦੀ ਵੋਟਾਂ ਪਵਾ ਦੇਣਾ ਹੁਣ ਇੱਕ ਦਰਸ਼ਕ ਬਹੁਤ ਗੱਲ ਸੁਣਦੇ ਇੱਕ ਗੱਲ ਦੀ ਵੋਟਾਂ ਪਵਾਉਣਾ SYL ਦਾ ਮਸਲਾ ਹੱਲ ਕਰ ਦਿਓ ਕਿਹਦਾ ਚੰਡੀਗੜ੍ਹ ਦਾ ਮਸਲਾ ਹੱਲ ਕਰ ਦਿਓ ਕੌਣ ਤੁਸੀਂ ਕਰ ਦਿਓ ਗੱਲ ਪੂਰੀ ਕਰੋ ਇੰਟਰਪ ਕਰੋਗੇ ਮੈਸੇਜ ਨਹੀਂ ਜਾਏਗਾ ਜੇ ਅਕਾਲੀ ਦਲ ਬੀਜੇਪੀ ਸਰਕਾਰ ਸੀ ਉੱਤੇ ਸਰਕਾਰ ਵੀ ਇਹਨਾਂ ਦੀ ਸੀ ਥੱਲੇ ਸਰਕਾਰ ਵੀ ਇਹਨਾਂ ਦੀ ਸੀ ਇੱਥੇ 10 ਸਾਲ ਸਰਕਾਰ ਰਹੀ ਉੱਤੇ 10 ਸਾਲ ਸਰਕਾਰ ਰਹੀ ਚੰਡੀਗੜ੍ਹ ਕਿੱਥੇ ਗਿਆ ਚਲੋ ਠੀਕ ਤੁਸੀਂ ਮੈਨੂੰ ਇੱਕ ਚੀਜ਼ ਦੱਸ ਦਿਓ ਉਦੋਂ ਚੰਡੀਗੜ੍ਹ ਦੀ ਗੱਲ ਨਹੀਂ ਕੀਤੀ ਪੰਜਾਬੀ ਭਾਸ਼ੀ ਏਰੀਆ ਦੀ ਇਹਨਾਂ ਨੇ ਗੱਲ ਨਹੀਂ ਕੀਤੀ ਤੇ ਜਿਹੜੀ ਇਹਨਾਂ ਨੇ ਹਰਿਆਣੇ 'ਚ ਲਾਗੂ ਕਰਨ ਦੀ ਕੀਤੀ ਗੱਲ ਨਹੀਂ ਕੀਤੀ ਅੱਜ ਕਿੱਥੇ ਨੇ ਅੱਜ ਕਹਿੰਦੇ ਨੇ ਜੀ ਇਹਨਾਂ ਕੋਲ ਇਹ ਕਰਦੇ ਨੇ ਅਮੇਠੀ ਦੀ ਗੱਲ ਤੁਹਾਡੇ ਸਾਹਮਣੇ ਯੂਪੀ 'ਚ ਕੀ ਹੋ ਰਿਹਾ ਤੁਹਾਡੇ ਉੱਥੇ ਪ੍ਰਧਾਨ ਮੰਤਰੀ ਨੇ ਤੇ ਤੁਹਾਡੇ ਯੋਗੀ ਜੀ ਨੇ ਮਹਾਰਾਸ਼ਟਰ 'ਚ ਕੀ ਹੋ ਰਿਹਾ ਮੱਧ ਪ੍ਰਦੇਸ਼ 'ਚ ਕੀ ਹੋ ਰਿਹਾ ਤੁਹਾਡੇ ਕੋਲੋਂ ਤਿੰਨ ਤਿੰਨ ਸਰਕਾਰ ਮੈਨੂੰ ਵੀ ਟਾਈਮ ਦੇ ਦੋ ਕਿਸਾਨ ਵੀ ਯਾਦ ਆ ਜਾਂਦਾ ਮਜ਼ਦੂਰ ਵੀ ਯਾਦ ਆ ਜਾਂਦਾ ਔਰਤਾਂ ਵੀ ਯਾਦ ਆ ਜਾਂਦੀਆਂ ਫਿਰ ਘਰ ਘਰ ਚੁੱਲ੍ਹਾ ਵੀ ਦੇਵਾਂਗੇ ਘਰ ਘਰ ਅਸੀਂ ਰੁਜ਼ਗਾਰ ਵੀ ਦੇਵਾਂਗੇ ਸਭ ਕੁਝ ਯਾਦ ਆ ਜਾਂਦਾ ਜਦੋਂ ਸੱਤਾ ਦੇ ਅੰਦਰ ਹੁੰਦੇ ਸਰਕਾਰਾਂ ਉੱਪਰ ਥੱਲੇ ਸਾਰਿਆਂ ਦੀਆਂ ਬਰਾਬਰ ਹੁੰਦੀਆਂ ਉਦੋਂ ਕਿਉਂ ਭੁੱਲ ਜਾਂਦੇ ਦੇਖੋ ਮੈਂ ਇੱਕ ਗੱਲ ਮੋਟੀ ਜੀ ਕਹਿਣਾ ਵੀ ਜਦ ਅਸੀਂ ਇਹ ਸਾਰਾ ਏਜੰਡਾ ਸ਼ਿਫਟ ਕਰਨ ਦੀ ਗੱਲ ਹੈ ਇੱਥੇ ਵੀ ਇੱਕ ਕਿਸਮ ਦੋਨੇ ਮਦਦ ਨਹੀਂ ਹੁਣ ਨਹੀਂ ਦੇਵਾਂਗੇ ਆਪਾਂ ਜਨਤਾ ਨੇ ਉਹਨਾਂ ਨੇ ਕੁਛ ਵੀ ਫਲਾਣੀ ਥਾਂ ਕਿਉਂ ਨਹੀਂ ਹੋਇਆ ਫਲਾਣੀ ਥਾਂ ਕਿਸੇ ਇੱਕ MP ਨੇ ਕੁਛ ਨਹੀਂ ਕਰਨਾ ਹੁੰਦਾ ਚਾਹੇ ਰੂਲਿੰਗ ਦਾ ਚਾਹੇ ਦੂਜੀ ਦਾ ਇਹ ਕਹਿਣਾ ਵੀ ਫਲਾਣੇ MP ਨੇ ਕੀ ਕਰਿਆ ਉਹਦੇ ਵਿੱਚ ਬਹੁਤ ਸਾਰੇ ਉਦਾਹਰਨ ਵੀ ਗੁਰਦਾਸਪੁਰ 'ਚ ਕੀ ਹੋਇਆ ਫਲਾਣੀ ਥਾਂ ਕੀ ਹੋਇਆ ਸਵਾਲ ਹੋ ਸਕਦੇ ਨੇ ਉਹਨਾਂ ਦਾ ਕੋਈ ਫਾਇਦਾ ਨਹੀਂ ਹੈ ਉਹਨਾਂ ਸਵਾਲਾਂ ਕਿਉਂਕਿ ਇੱਕ MP ਨੇ ਆਪਦੇ ਏਰੀਏ 'ਚ ਵੱਧ ਤੋਂ ਵੱਧ ਉੱਥੇ ਪ੍ਰਾਈਮ ਮਿਨਿਸਟਰ ਨੂੰ ਜਿਹੜਾ ਵੀ ਪ੍ਰਾਈਮ ਉਹਦੀ ਪਾਰਟੀ ਦਾ ਹੋਵੇ ਜਾਂ ਦੂਜੀ ਪਾਰਟੀ ਦਾ ਹੋਵੇ ਉਹਨੇ ਇੱਕ ਲਿਖ ਕੇ ਦੇਣਾ ਨਾ ਵੀ ਜੇ ਤੁਸੀਂ ਸਾਡੇ ਆਹ ਕਰ ਦਿਓ ਪੂਰੇ ਹਿੰਦੁਸਤਾਨ ਦਾ ਇੱਕ ਬਜਟ ਬਣਨਾ ਉਹਦੇ ਵਿੱਚ ਡਿਵੈਲਪਮੈਂਟ ਸਕੀਮਾਂ ਬਣਨੀਆਂ ਨੇ ਉਹ 'ਚ ਇੱਕ MP ਨੇ ਉਹਦੀ ਤਾਂ ਇੱਕ ਵੋਟ ਹੈ
ਤੇ ਉਹ ਆਪਣੀ ਪਾਰਟੀ ਦਾ ਚਲੋ ਵੱਧ ਤੋਂ ਵੱਧ ਜ਼ਿਆਦਾ ਜ਼ੋਰ ਲਾ ਲੂਗਾ, ਇਦੋਂ ਵੱਧ ਨਹੀਂ ਕੁਛ ਹੁੰਦਾ ਹੁੰਦਾ। ਰਾਹੁਲ ਗਾਂਧੀ ਐਮਪੀ ਨਹੀਂ ਹੈ ਇਕੱਲਾ, ਮੈਂ ਰਾਹੁਲ ਗਾਂਧੀ ਦੀ ਗੱਲ ਨਹੀਂ ਕਰਦਾ, ਮੈਂ ਤਾਂ ਰਾਹੁਲ ਗਾਂਧੀ ਦੀ ਗੱਲ ਕੀਤੀ ਹੈ। ਰਾਹੁਲ ਵਰਸਸ ਮੋਦੀ ਡਿਬੇਟ ਨਹੀਂ ਹੈਗੀ, ਇਹ ਗਰੀਬ ਵਰਸਸ ਗਰੰਟੀ ਵੋਟ ਹੈ। ਇਹ ਰਾਹੁਲ ਵਰਸਸ ਬਾਲੀ ਸਾਹਿਬ, ਬਾਲੀ ਸਾਹਿਬ, ਇਹ ਰਾਹੁਲ ਵਰਸਸ ਮੋਦੀ ਡਿਬੇਟ ਨਹੀਂ ਹੈਗੀ, ਗਰੀਬ ਗਰੀਬ ਬਨਾਮ ਗਰੰਟੀ ਡਿਬੇਟ ਹੈਗੀ। ਅਸੀਂ ਇਹ ਗੱਲ ਦੇਖੀਏ, ਪੰਜਾਬ ਦੀ ਸਰਕਾਰ ਆਪਾਂ ਦੇਖਦੇ ਹਾਂ, ਬਹੁਤ ਸਾਰੇ ਵੱਡੇ ਵਾਅਦੇ ਕਰਕੇ ਆਈ, ਉਦੋਂ ਬਾਅਦ ਉਹਨਾਂ ਨੂੰ ਚੇਂਜ ਕਰਨੇ ਪਏ। ਇਹ ਨਹੀਂ ਹੈ ਇਹਨਾਂ ਨੇ ਕੁਛ ਨਹੀਂ ਕਰਿਆ, ਮੈਂ ਇਹ ਵੀ ਨਹੀਂ ਕਹਿਣ ਨੂੰ ਤਿਆਰ, ਕਿਉਂਕਿ ਕਰਜ਼ਾ ਮਾਫੀ ਘੱਟੋ ਘੱਟ ਸ਼ੁਰੂ ਤਾਂ ਕਰਿਆ, ਇੱਕ ਪੱਥਰ ਤਾਂ ਰੱਖਿਆ ਲੋਕਾਂ ਦੇ, ਜਿਹੜਾ ਇਕਨੋਮਿਸਟਾਂ ਦੇ ਵੀ ਤੁਸੀਂ ਕਰ ਹੀ ਨਹੀਂ ਸਕਦੇ, ਉਹਨੂੰ ਤਾਂ ਦੂਰ ਕਰੀ ਗੱਲ ਵੀ ਹੋ ਤਾਂ ਸਕਦੀ ਹੈ, ਪਰ ਕਿੰਨੀ ਹੋਈ ਕਿੰਨੀ ਨਹੀਂ ਹੋ ਤਾਂ ਕੁਐਸਚਨ ਨੇ। ਨਸ਼ੇ ਤੇ ਹੋਰ ਤਾਂ 100 ਕੁਐਸਚਨ ਹੋ ਸਕਦੇ ਨੇ, ਕੋਈ ਵੀ ਸਰਕਾਰ ਸਾਰੇ ਕੰਮ ਪੂਰੇ ਕਰ ਵੀ ਨਹੀਂ ਸਕਦੀ, ਤੇ ਵਾਅਦੇ ਵੀ ਕਰਨੇ ਨੇ, ਵਾਅਦੇ ਉਸ ਤਰ੍ਹਾਂ ਕਰਨੇ ਚਾਹੀਦੇ ਥੋੜ੍ਹੇ ਜਿਹੜੇ ਰੈਸ਼ਨਲ ਹੋਣ। ਬਿਲਕੁਲ ਨਹੀਂ, ਰੈਸ਼ਨਲ ਵਾਅਦੇ ਕਰਨੇ ਚਾਹੀਦੇ, ਇਰੈਸ਼ਨਲ ਵਾਅਦੇ ਕਰਦੇ, ਮੈਂ ਇਹ ਕਹਿਣਾ ਇਰੈਸ਼ਨਲ ਵਾਅਦੇ ਨਹੀਂ ਹੋਣੇ ਚਾਹੀਦੇ। ਇਸ ਕਰਕੇ ਅਸੀਂ ਕਹਿੰਦੇ ਹਾਂ ਵੀ ਜਿਹੜਾ ਮੈਨੀਫੈਸਟੋ ਹੈ ਲੀਗਲ ਡਾਕੂਮੈਂਟ ਹੋਵੇ, ਇੱਕ ਗੱਲ। ਦੂਜੀ ਗੱਲ ਇਹ ਹੈ ਵੀ ਸਰਕਾਰਾਂ ਜਦ ਬਾਹਰ ਹੁੰਦੇ ਨੇ ਕੋਈ ਵੀ ਪੋਲੀਟੀਕਲ ਪਾਰਟੀ, ਉਦੋਂ ਦੂਜੀ ਪਾਰਟੀ ਨੂੰ ਉਹੀ ਸਵਾਲ ਕਰਦੇ ਨੇ ਜਿਹੜੇ ਮੁੜ ਕੇ ਆ ਕੇ ਉਹਨਾਂ ਨੂੰ ਆਪ ਐਡਰੈਸ ਨਹੀਂ ਕਰਦੇ। ਇਹ ਪੋਲੀਟੀਕਲ ਸਾਡੀ ਜਿਹੜੀ ਲੀਡਰਸ਼ਿਪ ਹੈ, ਰਾਜ ਤਾਂ ਇਹਨਾਂ ਨੇ ਕਰਨਾ, ਉਹਨੇ ਸੋਚਣਾ ਪਏਗਾ ਕਿ ਜੇ ਅਸੀਂ ਆਪੋਜੀਸ਼ਨ ਆ ਤਾਂ ਵੀ ਉਹਨਾਂ ਕੁ ਰੈਸ਼ਨਲ ਸਵਾਲ ਕਰੀਏ ਜਿਹਦੇ ਨਾਲ ਜੇ ਕੱਲ੍ਹ ਨੂੰ ਅਸੀਂ ਪਾਵਰ 'ਚ ਆਉਂਦੇ ਹਾਂ, ਬੈਲੈਂਸ ਰਿਕਾਰਡ ਪਰ 10-20% ਇੱਕ ਹੋਰ ਛੋੜਾ ਬ੍ਰੇਕ ਲਾਸਟ ਕਰ, ਮੈਂ ਬ੍ਰੇਕ ਲੈਣੀ ਆ ਵੀ ਜਿਹੜਾ ਅਸੀਂ ਅਪਲਾਇਮੈਂਟ ਦੀ ਗੱਲ ਕਰਦੇ ਹਾਂ, ਪਿਛਲੇ 5 ਸਾਲਾਂ ਦੇ ਵਿੱਚ ਜਿਹੜੀ ਪਹਿਲਾਂ 30 ਕਰੋੜ 4 ਲੱਖ ਬੰਦਾ, 40 ਲੱਖ ਬੰਦਾ ਕੰਮ ਕਰਦਾ ਸੀ, ਹੁਣ ਉਹ 28 ਕਰੋੜ 6 ਲੱਖ ਕੰਮ ਕਰ ਰਿਹਾ। ਇਹ ਫਿਗਰ ਉਹ ਨੇ ਜਿਹਦੇ ਵਿੱਚ ਜਿਹੜੇ ਇਹਨਾਂ ਦੇ ਜੋਸ਼ੀ ਜੀ ਸੀਗੇ ਉਹ ਚੇਅਰਮੈਨ ਸੀਗੇ ਕਮੇਟੀ ਦੇ, 2 MPs ਨੇ ਕਿਹਾ ਵੀ ਅਸੀਂ ਇੱਥੇ ਡਿਸੈਂਟ ਦੇਣੇ, ਉਹ ਕਹਿੰਦੇ ਨਾ ਬਿਲਕੁਲ ਨਹੀਂ, ਸਰਕਾਰੀ ਡਾਟਾ, ਇਹ ਰਿਪੋਰਟ 'ਚ ਕੋਈ ਡਿਸੈਂਟ ਦਾ ਮਤਲਬ ਨਹੀਂ, ਕਿਉਂਕਿ ਤੁਹਾਡਾ ਨਹੀਂ ਸਰਕਾਰ ਦਾ। ਚਲੋ ਠੀਕ ਹੈ, ਇੱਕ ਛੋਟਾ ਬ੍ਰੇਕ ਲਵਾਂਗੇ, ਬ੍ਰੇਕ ਤੋਂ ਵਾਪਸ ਆਵਾਂਗੇ ਆਖਰੀ ਹਿੱਸੇ ਵਿੱਚ ਅਸੀਂ ਆਵਾਂਗੇ। ਸਵਾਲ ਬਹੁਤ ਸਾਰੇ ਹੈ ਕਿ ਕਿਹੜਾ ਮੁਲਕ ਹੈ ਜਿਹੜਾ ਤਰੱਕੀ ਕਰਦਾ ਹੁੰਦਾ, ਜਿਹੜਾ ਪਿੰਡਾਂ 'ਚ ਵਸਦਾ ਜਾਂ ਜਿਹੜਾ ਸ਼ਹਿਰਾਂ 'ਚ ਵਸਦਾ? ਨਹੀਂ, ਉਹੀ ਮੁਲਕ ਤਰੱਕੀ ਕਰਦਾ ਜਿਹੜਾ ਬਰਾਬਰ ਅੱਗੇ ਵੱਧਦਾ, ਅਤੇ ਬਰਾਬਰਤਾ ਦਾ ਜੇ ਨਾਰਾ ਦਿੱਤਾ ਜਾਂਦਾ ਹੈਗਾ, ਉਸ ਨਾਰੇ ਨੂੰ ਜ਼ਮੀਨ 'ਤੇ ਉਤਾਰਨ ਦੇ ਲਈ ਕੌਣ ਹਮਲਾ ਮਾਰੇਗਾ? ਸਵਾਲ ਇੱਥੇ ਹੈ, ਵੋਟਾਂ ਤੱਕ ਤਾਂ ਨਹੀਂ ਰੁਕ ਜਾਵੇਗਾ। ਬ੍ਰੇਕ ਤੋਂ ਵਾਪਸ ਆ ਰਹੇ ਸਵਾਲ ਇੱਕ ਵੀ ਪੁੱਛ ਰਹੇ, ਵੱਡਾ ਸਵਾਲ ਅਸੀਂ ਇਹ ਪੁੱਛ ਰਹੇ ਇਸ ਡਿਬੇਟ ਦੇ ਵਿੱਚ, ਅਮੀਰਾਂ ਅਤੇ ਗਰੀਬਾਂ ਲਈ ਇੱਕ ਮੁਲਕ ਵਾਲੀ ਗਰੰਟੀ ਪੂਰੀ ਹੋਣ ਦੀ ਕੀ ਗਰੰਟੀ ਹੈ? ਰਸਮਨਜੀਤ ਸਿੰਘ, ਇਸ ਸਵਾਲ ਦਾ ਜਵਾਬ ਦੇ ਦਿਉ ਮੈਨੂੰ ਵੀ ਅਮੀਰਾਂ ਅਤੇ ਗਰੀਬਾਂ ਦੇ ਲਈ ਇੱਕ ਮੁਲਕ ਹੋਊਗਾ, ਇਸਦੀ ਗਰੰਟੀ ਕੌਣ ਲਊਗਾ? ਹੈ ਗਰੰਟੀ ਕਿਸੇ ਨੇ ਨਹੀਂ ਲੈਣੀ ਹੈਗੀ। ਫਿਰ ਸਵਾਲ ਹੀ ਗਲਤ ਪੁੱਛ ਲਿਆ ਮੈਂ? ਨਹੀਂ ਨਹੀਂ ਨਹੀਂ, ਸਵਾਲ ਤੁਹਾਡਾ ਸਗੋਂ ਬਿਲਕੁਲ ਹੈਗੀ ਹੈ, ਕਿਉਂ ਇਹ ਅਸਲ 'ਚ ਸਵਾਲ ਇਹ ਪਾਲਿਸੀ ਦੇ ਪ੍ਰਾਇਓਰਿਟੀਜ਼ ਦਾ ਹੈਗਾ, ਅਤੇ ਇਹ ਗੱਲ ਠੀਕ ਗਰਗ ਜੀ ਕਹਿ ਰਹੇ ਆ, ਮੈਂ ਉਹਨਾਂ ਨਾਲ ਸਹਿਮਤ ਹਾਂ ਕਿ ਮਨਮੋਹਨ ਸਿੰਘ ਹੁਣੀ ਸੀਗੇ ਜਦੋਂ ਇਹ ਪਹਿਲੀ ਵਾਰੀ ਲਿਬਰਲ ਪਾਲਿਸੀ ਸਾਡੇ 1994-1995 'ਚ ਸ਼ੁਰੂ ਹੋਈਆਂ, ਉਦੋਂ ਇਹ ਫਾਈਨੈਂਸ ਮਿਨਿਸਟਰ ਸੀਗੇ, ਔਰ ਉਹ ਚੱਲਦੀਆਂ ਚੱਲਦੀਆਂ ਜਿਸ ਪਹੁੰਚਣੇ ਨੂੰ ਅੱਜ ਪਹੁੰਚੀਆਂ ਉਹਨਾਂ ਪਾਲਿਸੀ ਦੇ ਤਹਿਤ ਆ। ਹੁਣ ਸਾਡੇ ਅਸੀਂ ਤਕਰੀਬਨ ਇਕੱਠੇ ਯਾਦ ਹੋਏ ਹਾਂ 1949 'ਚ, ਅਸੀਂ 47 'ਚ ਹੋਏ ਹਾਂ, 1949 'ਚ ਚੀਨ ਹੋਇਆ, ਸਾਡੀਆਂ ਪਾਪੂਲੇਸ਼ਨ ਵੀ ਉਹਨਾਂ ਦੀ ਸਾਡੇ ਨਾਲੋਂ ਥੋੜ੍ਹੀ ਜਿਹੀ ਜ਼ਿਆਦਾ ਆਈ ਹੈ, ਸਾਡੇ ਕਹਿੰਦੇ ਕਿ ਪਾਪੂਲੇਸ਼ਨ ਬਹੁਤ ਆ, ਉਹਦੇ ਬਾਵਜੂਦ ਵੀ ਉਹਨਾਂ ਦਾ ਡਿਫੈਂਸ ਸਾਡੇ ਨਾਲੋਂ 5 ਗੁਣਾ ਤਕੜਾ, ਉਹਨਾਂ ਦੀ ਜਿਹੜੀ ਇਕੋਨਮੀ ਸਾਡੇ ਨਾਲੋਂ 5 ਗੁਣਾ ਤਕੜੀ ਆ, ਉੱਥੇ ਕੋਈ ਇਹੋ ਜਿਹੀ ਹਾਹਾਕਾਰ ਉੱਥੇ ਵੀ ਊਚ ਨੀਚ ਹੈਗਾ ਮੈਂ ਦੇਖ ਕੇ ਵੀ ਆਇਆ, ਪਰ ਇੱਥੇ ਕਿ ਇੱਕਦਮ ਇੱਕ ਪਾਸੇ ਲੋਕ ਸੂਏਸਾਈਡ ਕਰ ਰਹੇ ਆ, ਭੁੱਖ ਮਰੇ ਆ, ਕੱਪੜੇ ਪਾਉਣ ਲਈ ਹੈ ਨਹੀਂ, ਔਰ ਦੂਜੇ ਪਾਸੇ ਜਿਹੜਾ ਆ ਪੈਸੇ ਦੇ ਵਿੱਚ 600-600 ਕਮਰੇ ਦਾ ਘਰ ਬਣਾਉਂਦੇ ਆ, ਜਿਹਦਾ 10,000 ਕਰੋੜ ਰੁਪਈਏ ਦਾ ਘਰ ਆ, ਉਹ ਕਿ 12,000 ਕਰੋੜ ਰੁਪਈਏ ਦਾ ਇੱਕ ਬੰਦੇ ਦਾ ਘਰ ਆ। ਹਾਂ, ਕਿਆ ਇਹ 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 ਹਾਲਤ ਆ, ਔਰ ਤੁਸੀਂ ਬੁੱਤ ਦੇ ਉੱਤੇ ਤਾਂ ਤੁਸੀਂ 4,000 ਕਰੋੜ ਰੁਪਈਆ ਲਾ ਦਿੰਦੇ ਆ, ਪਰ ਕਿਸੇ ਸਕੂਲ ਅਤੇ ਕਾਲਜ ਅਤੇ ਨਵੀਂ ਯੂਨੀਵਰਸਿਟੀ ਖੋਲ੍ਹਣ 'ਤੇ ਮੌਤ ਪੈਂਦੀ ਆ। ਇਸ ਕਰਕੇ ਪ੍ਰਿਓਰਿਟੀਜ਼ ਨਹੀਂ ਹੈ, ਇੱਕ ਖਾਸ ਕਿਸਮ ਦੀ ਮਾਨਸਿਕਤਾ ਆ, ਔਰ ਮੈਨੂੰ ਲੱਗਦਾ ਕਿ ਇੱਕ ਸੈਡਿਸਟਿਕ ਪਲੇਜ਼ਰ ਵੀ ਹੈਗਾ ਆ ਕਿ ਜਿਹੜੇ ਜਿੰਨੇ ਗਰੀਬ ਜ਼ਿਆਦਾ ਹੋਣਗੇ ਉਨੀਆਂ ਹੀ ਵੋਟਾਂ ਦੇ ਵਿੱਚ ਉਹਨਾਂ ਨੂੰ ਭਰਮਾਉਣਾ, ਥੋੜ੍ਹਾ ਜਿਹਾ ਲਾਲਚ ਦੇਣਾ, ਥੋੜ੍ਹਾ ਜਿਹਾ ਉਸ ਦੇ ਵਿੱਚੋਂ, ਔਰ ਮੈਨੂੰ ਇਸ ਗੱਲ ਦੇ ਵਿੱਚ ਬਹੁਤ ਉਮੀਦ ਨਹੀਂ ਹੈ ਕਿ ਇਹਨਾਂ ਦੇ ਨਾਲ ਇਸ ਤਰ੍ਹਾਂ ਗਰੀਬੀ ਹਟਣ ਵਾਲੀ ਹੈਗੀ ਹੈ। ਗਰੀਬੀ ਠੀਕ ਹੈ, ਭੁੱਲਰ ਸਾਹਿਬ ਸਵਾਲ ਇਹ ਹੈਗਾ, ਬੁੱਤਾਂ ਵਾਲੀ ਸਿਆਸਤ ਸਾਰੇ ਤੁਸੀਂ ਕਰਦੇ ਪਿਓ, ਪੁੱਤਾਂ ਵਾਲੀ ਸਿਆਸਤ ਕੋਈ ਨਹੀਂ ਕਰਦਾ ਪਿਆ, ਔਲਾਦ ਵਾਲੀ ਸਿਆਸਤ ਕੋਈ ਨਹੀਂ ਕਰਦਾ ਪਿਆ, ਵੀ ਸਾਡਾ ਕੋਈ ਔਲਾਦ ਹੈ ਮੁੰਡਾ ਕੁੜੀ ਉਹਨੂੰ ਨੌਕਰੀ ਮਿਲੇ। ਸਾਡੇ ਤਾਂ ਇੱਥੋਂ ਦੇ ਨੌਜਵਾਨ, ਮੈਂ ਪੰਜਾਬ ਦੀ ਗੱਲ ਕਰਾਂ ਚਾਹੇ ਗੁਜਰਾਤ ਦਾ ਤੁਸੀਂ ਜ਼ਿਕਰ ਕਰ ਲਓ, ਗੁਜਰਾਤ ਵੀ ਬਹੁਤ ਬੱਚੇ ਬਾਹਰ ਗਏ ਹੈਗੇ, ਪਰ ਪੰਜਾਬ 'ਚੋਂ ਬਹੁਤ ਜ਼ਿਆਦਾ ਬੱਚੇ ਬਾਹਰ ਗਏ। ਸਾਡੇ ਇੱਥੋਂ ਬੱਚੇ ਬਾਹਰ ਜਾ ਰਹੇ ਆ, ਸਾਡਾ ਜਿਹੜਾ ਪੈਸਾ ਉਹ ਬਾਹਰ ਜਾ ਰਿਹਾ, ਠੀਕ ਹੈ, ਇੱਥੋਂ ਭਗੌੜੇ ਆ ਜਿਹੜੇ ਉਹ ਤਾਂ ਸਾਰੇ ਬਾਹਰ ਬੈਠੇ ਆ, ਅਸੀਂ ਰੱਖ ਕੀ ਰਹੇ ਹਾਂ ਆਪਦੇ ਕੋਲ? ਦੇਖੋ, ਜਿਹੜੇ ਬੱਚੇ ਬਾਹਰ ਜਾ ਰਹੇ ਨੇ, ਅਗਰ ਤੁਸੀਂ ਉਹਨਾਂ ਨੂੰ ਪੋਜ਼ਿਟਿਵ ਇਹ ਨਾ ਸੋਚੋਗੇ ਨਾ, ਜਿਹੜਾ ਅੱਜ ਪੈਸਾ ਬਾਹਰ ਜਾ ਰਿਹਾ ਕੱਲ੍ਹ ਨੂੰ ਪੈਸਾ ਵਾਪਸ ਵੀ ਆਉਣਾ, ਔਰ ਉਹ ਫੋਰਨ ਕਰੰਸੀ ਦੀ ਸ਼ੇਪ ਦੇ ਵਿੱਚ ਵਾਪਸ ਆਉਣਾ,
ਉਹਨਾਂ ਬੱਚਿਆਂ ਨੇ ਪੜ੍ਹਾਈ ਕਰਨੀ ਹੈ, ਉਹਨਾਂ ਨੇ ਕਾਰੋਬਾਰ ਕਰਨੇ ਹੈ, ਜਿਹੜੇ ਪੈਸਾ ਇੱਥੋਂ ਦੀ ਲੈ ਕੇ ਗਏ ਨੇ ਅਲਟੀਮੇਟਲੀ ਉਹਨਾਂ ਨੇ ਇਹਨਾਂ ਰਿਟਾਇਰ ਹੋ ਰਿਹਾ ਰਿਟਾਇਰ ਹੋ ਰਿਹਾ ਬਿਲਕੁਲ ਰਿਟਾਇਰ ਹੋ ਰਿਹਾ ਅੱਜ ਦੁਆਬੇ ਦੇ ਵਿੱਚ ਆ ਕੇ ਵੇਖੋ ਜਿਹੜਾ ਉੱਥੋਂ ਦੀ ਐਨਆਰ ਪੈਸਾ ਤੇ ਉਲਟਾ ਜਾ ਰਿਹਾ ਹੁਣ ਪ੍ਰੋਫੈਸਰ ਸਾਹਿਬ ਗੱਲ ਕਰ ਲੈਂਦੇ ਮੇਰੇ ਜੀ ਵੇਚੀ ਜਾ ਰਹੀ ਤੁਸੀਂ ਮੈਂ ਕਹਿੰਦਾ ਦੁਆਬੇ 'ਚੋਂ ਬੜੀ ਜਨਤਾ ਬਾਹਰ ਗਈ ਅੱਜ ਤੁਸੀਂ ਜਾ ਕੇ ਦੇਖੋ ਕਿੰਨਾ ਖੁਸ਼ੀ ਦੁਆਬੇ ਦਾ ਸਵਾਲ ਨਹੀਂ ਹੈਗਾ ਪਹਿਲੇ ਦੁਆਬੇ ਦਾ ਸਵਾਲ ਨਹੀਂ ਹੈਗਾ ਮੱਝ ਦੇ ਉਹ ਪਿੰਡ ਜਾ ਕੇ ਦੇਖੋ ਜਿਹਨਾਂ 'ਚ ਲੋਕ ਬਾਹਰ ਗਏ ਨੇ ਚਲੇ ਜਾ ਰਹੇ ਪੱਕੇ ਜਾ ਰਹੇ ਆ ਹੁਣ ਪੱਕੇ ਜਾ ਰਹੇ ਆ ਹੁਣ ਠੀਕ ਹੈ ਹੁਣ ਪੈਸਾ ਵਾਪਸ ਨਹੀਂ ਆ ਰਿਹਾ ਪੈਸਾ ਜਾ ਰਿਹਾ ਉਧਰ ਮੈਂ ਸੋਖਾ ਇਹ ਤੁਹਾਨੂੰ ਦੱਸ ਦਿੰਦਾ ਆ ਵੈਸਟਰਨ ਯੂਨੀਅਨ ਮਨੀ ਟ੍ਰਾਂਸਫਰ ਵਾਲੇ ਹੁੰਦੇ ਨੇ ਇਹਨਾਂ ਕੋਲ ਜਾ ਆਇਓ ਤੁਹਾਨੂੰ ਦੱਸ ਦੇਣਗੇ ਕਿੰਨੇ ਪੈਸੇ ਵਾਪਸ ਆ ਰਹੇ ਸਾਨੂੰ ਸਾਰਾ ਪਤਾ ਹੈ ਜੀ ਮੈਂ ਵੀ ਘੁੰਮਦਾ ਹਾਂ ਬਾਹਰ ਮੈਂ ਮੇਰਾ ਵੀ ਘਰ ਹੈਗਾ ਬਾਹਰ ਇਹ ਨਹੀਂ ਹੈਗਾ ਅਸੀਂ ਦੇਖਦੇ ਨਹੀਂਗੇ ਲੇਕਿਨ ਉੱਥੋਂ ਤੇ ਕਿੰਨਾ ਪੈਸਾ ਬਾਹਰੋਂ ਆਉਂਦਾ ਹੈ ਤੇ ਇਹ ਵੈਸਟਰਨ ਯੂਨੀਅਨ ਤੁਸੀਂ ਪੁੱਛ ਲਓ ਤੁਸੀਂ ਜਿਹੜੇ ਬੱਚੇ ਕਮਾਉਣ ਲੱਗ ਗਏ ਆਪਣੇ ਪੁੱਛ ਕੇ ਸਵਾਲ ਕਰ ਰਿਹਾ ਸੀਗਾ ਆਪਣੇ ਮਾਪਿਆਂ ਨੂੰ ਪੈਸੇ ਭੇਜਦੇ ਕਿ ਨਹੀਂ ਭੇਜਦੇ ਆਪਣੇ ਘਰਾਂ ਨੂੰ ਪੱਕੇ ਕਰਾਉਣ ਲਈ ਆਪਣੇ ਘਰਾਂ ਦੇ ਕੰਮ ਕਰਾਉਣ ਲਈ ਵੱਡੇ ਕਰਾਉਣ ਲਈ ਜਾਂ ਖੂਬਸੂਰਤ ਬਣਾਉਣ ਲਈ ਭੇਜਦੇ ਕਿ ਨਹੀਂ ਭੇਜਦੇ ਯਾਨੀ ਕਿ ਚੰਗਾ ਸ਼ਗਨ ਹੈ ਮੁਲਕ ਤੋਂ ਬਾਹਰ ਜਾਣਾ ਮੁਲਕ ਚੋਂ ਬਾਹਰ ਜਾਣਾ ਚੰਗਾ ਸ਼ਗਨ ਹੈ ਮੈਂ ਸਵਾਲ ਦਾ ਜਵਾਬ ਦੇ ਦਿੰਦਾ ਫਿਰ ਅੱਜ ਅਗਰ ਕੋਈ ਯੂਪੀ ਬਿਹਾਰ ਤੋਂ ਆ ਕੇ ਪੰਜਾਬ 'ਚ ਆ ਕੇ ਕੰਮ ਕਰਦਾ ਹੈ ਉਹ ਖੁਸ਼ਹਾਲ ਹੁੰਦਾ ਜੇ ਕੋਈ ਇੱਥੋਂ ਜਾ ਕੇ ਬਾਹਰ ਜਾਏ ਕੰਮ ਕਰਦਾ ਹੈ ਉਹ ਖੁਸ਼ਹਾਲ ਹੁੰਦਾ ਵੱਖਰੀ ਗੱਲ ਹੈ ਅਸੀਂ ਸਟੇਟ ਸ਼ਿਫਟ ਕਰ ਰਹੇ ਹਾਂ ਮੈਂ ਦੱਸ ਰਿਹਾ ਕੰਟਰੀ ਸ਼ਿਫਟ ਕਰਦੇ ਪਏ ਅਸੀਂ ਕੰਟਰੀ ਸ਼ਿਫਟ ਕਰਨ ਦੇ ਬਾਅਦ ਅਗਰ ਤੁਹਾਡਾ ਸਟੇਟ ਜਿਹੜੀ ਖੁਸ਼ਹਾਲ ਹੁੰਦੀ ਹੈ ਉਹ ਇਤਰਾਜ਼ ਕੀ ਹੈ ਠੀਕ ਹੈ ਤੁਸੀਂ ਇੱਕ ਖੁਸ਼ੀ ਦੀ ਗੱਲ ਹੈ ਨਾ ਇੱਕ ਮਿੰਟ ਗੱਲ ਖੁਸ਼ੀ ਦੀ ਗੱਲ ਹੈ ਨਾ ਅੱਜ ਆਮ ਆਦਮੀ ਪਾਰਟੀ ਜਾਂ ਖਹਿਰੇ ਦੀ ਜਿਹੜੀ ਪਾਰਟੀ ਬਣੀ ਹੈ ਠੀਕ ਹੈ ਇਹ ਐਨਆਰਆਈ ਦੇ ਸਿਰ ਦੇ ਉੱਤੇ ਚੱਲੀ ਹੈ ਉਹਨਾਂ ਐਨਆਰਆਈ ਦੇ ਡਾਲਰਾਂ ਦੇ ਸਿਰ ਤੇ ਚੱਲੀ ਹੈ ਇਸ ਕਰਕੇ ਬਾਹਰ ਲੋਕਾਂ ਕਿਹੜਾ ਫੰਡ ਮਿਲਿਆ ਇਹਨਾਂ ਨੂੰ ਕਿ ਪੈਸੇ ਉੱਥੋਂ ਆਉਂਦੇ ਯਾਨੀ ਕਿ ਪੋਲੀਟੀਕਲ ਫੰਡ ਆਉਂਦੇ ਆ ਇਹ ਫਾਇਦਾ ਬਾਹਰ ਜਾਣਾ ਚੰਗਾ ਸ਼ਗਨ ਮੈਂ ਤੁਹਾਨੂੰ ਪਹਿਲਾਂ ਸ਼ੁਰੂ ਆਤ ਕੀਤੀ ਹੈ ਕਿ ਦੁਆਬੇ 'ਚ ਜਾ ਕੇ ਦੇਖੋ ਤੁਸੀਂ ਕੋਈ ਘਰ ਕੱਚਾ ਲੱਭਦਾ ਉੱਥੇ ਵਧੀਆ ਘਰ ਬਣੇ ਹੋਏ ਨੇ ਯਾਨੀ ਕਿ ਸਵਾਲ ਇਹ ਹੈ ਵਧੀਆ ਸਵਾਲ ਇਹ ਹੈ ਬਾਹਰ ਜਾਓ ਗਰੀਬੀ ਮਕਾਓ ਦੇਖੋ ਕੱਲਾ ਸਰਕਾਰਾਂ ਨੇ ਕੁਝ ਨਹੀਂ ਕਰਨਾ ਸਰਕਾਰਾਂ ਕਿਉਂ ਨਹੀਂ ਕਰ ਰਹੀਆਂ ਇਹਦਾ ਮਤਲਬ ਇਹੀ ਬਣਦਾ ਪਿਆ ਸਰਕਾਰਾਂ ਕਿਉਂ ਨਹੀਂ ਕਰ ਰਹੀਆਂ ਠੀਕ ਹੈ ਡਟ ਕਰ ਵੈਸੇ ਤੁਹਾਡੇ ਕੋਲ ਆਉਣਾ ਸੀ ਮੈਂ ਬਾਲੀ ਸਾਹਿਬ ਜੀ ਗਰੀਬੀ ਹਟ ਜੂਗੀ ਦੇਖੋ ਸਰਕਾਰਾਂ ਦਾ ਤੇ ਫਰਜ਼ ਹੈਗਾ ਕਿਉਂਕਿ ਰਾਹੁਲ ਗਾਂਧੀ ਸਾਹਿਬ ਨੇ ਮੇਰਾ ਸਵਾਲ ਪੂਰਾ ਲਿਆ ਰਾਹੁਲ ਗਾਂਧੀ ਸਾਹਿਬ ਨੇ ਇੱਕ ਗੱਲ ਕਹੀ ਹੈ ਜੀ ਕਿ ਹੁਣ ਇਹ ਲਾਸਟ ਸਟ੍ਰਾਈਕ ਹੈ ਗਰੀਬੀ ਤੇ ਬਹੁਤ ਹੋ ਗਿਆ ਨਾਰੇਬਾਜ਼ੀ ਨਹੀਂ ਅਸੀਂ ਇਹ ਗਰੀਬੀ ਹਟਾਉਣੀ ਮਟਾਉਣੀ ਹੈ ਪਹਿਲਾਂ ਤਾਂ ਗਰੀਬੀ ਹਟਾਓ ਦਾ ਨਾਰਾ ਸੀ ਹੁਣ ਗਰੀਬੀ ਮਟਾਉਣ ਦਾ ਨਾਰਾ ਦਿੱਤਾ ਗਿਆ ਚਲੋ ਮੈਂ ਤੁਹਾਨੂੰ ਵਿਸਥਾਰ ਨਾਲ ਗਰਗ ਜੀ ਨੇ ਬੜੀ ਉਹ ਗੱਲ ਦੱਸੀ ਹੈ ਮਗਰੇਗਾ ਦੀ ਦੱਸੀ ਹੈ ਹੋਰ ਸਾਰੀਆਂ ਸਕੀਮਾਂ ਤੁਹਾਨੂੰ ਦੱਸੀਆਂ ਨੇ ਕਿ ਕੋਸ਼ਿਸ਼ ਤਾਂ ਹੈਗੀ ਹੈ ਦੇਖੋ ਇੱਕ ਪ੍ਰਧਾਨ ਮੰਤਰੀ ਅਗਰ ਹਿੰਦੁਸਤਾਨ ਦੇ ਬਦਲਦੇ ਨੇ ਅਗਰ ਹਿੰਦੁਸਤਾਨ ਦੇ ਨਵੇਂ ਪ੍ਰਧਾਨ ਮੰਤਰੀ ਆਉਂਦੇ ਨੇ ਅਗਰ ਨਵੀਂ ਸਰਕਾਰ ਆਉਂਦੀ ਹੈ ਜੇ ਇਹ ਨਵੇਂ ਆਏ ਸੀ ਤਾਂ ਇਹਨਾਂ ਨੇ ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਫੇਲ ਹੋ ਗਏ ਨਹੀਂ ਲੱਗਾ ਇਹਨਾਂ ਕੋਲ ਕੁਛ ਅਸੀਂ ਤਾਂ ਇੰਨੀ ਗੱਲ ਕਹਿੰਦੇ ਹਾਂ ਜੇ ਇੱਕ ਨਵੀਂ ਇੱਕ ਨੀਤੀ ਆਉਂਦੀ ਹੈ ਇੱਕ ਨਵੀਂ ਪਾਲਿਸੀ ਆਉਂਦੀ ਇੱਕ ਨਵਾਂ ਸਿਸਟਮ ਆਉਂਦਾ ਹੈਗਾ ਤਾਂ ਉਹਨਾਂ ਦਾ ਫਰਜ਼ ਆ ਉਹਨਾਂ ਨੇ ਇਹ ਗੱਲ ਕਹੀ ਹੈ ਅਤੇ ਉਹਨਾਂ ਦੀ ਕੋਸ਼ਿਸ਼ ਹੀ ਇਹ ਹੋਏਗੀ ਕਿ ਵਾਕਈ ਗਰੀਬੀ 'ਤੇ ਥਲ ਪਾਇਆ ਜਾਵੇ ਇੱਕ ਜਵਾਬ ਦੇ ਸਕਦੇ ਇੱਕ ਜਵਾਬ ਦੇ ਸਕਦੇ ਬੀਜੇਪੀ ਦੇ ਪ੍ਰਧਾਨ ਇਹ ਗੱਲ ਕਹਿੰਦੇ ਆ ਕਿ ਜਿਨ੍ਹਾਂ ਨੇ ਗਰੀਬੀ ਦੇਖੀ ਨਹੀਂ ਉਹ ਗਰੀਬੀ ਮਟਾਉਣਗੇ ਨਹੀਂ ਦੇਖੋ ਮੈਂ ਇੱਕ ਗੱਲ ਕਹਿੰਦਾ ਤੁਸੀਂ ਕੀ ਜਿਹੜੀ ਇਹ ਗੱਲ ਕਰਦੇ ਹੈਗੇ ਗਰੀਬੀ ਜਿਹਨਾਂ ਨੇ ਦੇਖੀ ਨਹੀਂ ਗਰੀਬੀ ਕਿਹਨਾਂ ਨੇ ਉਹ ਮਿਟਾਉਣਗੇ ਕਿਵੇਂ ਗਰੀਬੀ ਜਿਹੜੀ ਹੈਗੀ ਹੁਣ ਦੇਖੋ ਗੱਲ ਤੁਸੀਂ ਹੁਣ ਇਹ ਗਾਂਧੀ ਫੈਮਿਲੀ ਦੀ ਗੱਲ ਕਰਦੇ ਕਿ ਉਹਨਾਂ ਨੇ ਗਰੀਬੀ ਜਿਹੜੇ ਥੱਲੇ ਲੋਕ ਨੇ ਜਿਹੜੇ ਕੰਮ ਕਰਨ ਵਾਲੇ ਲੋਕ ਨੇ ਜੇ ਅਸੀਂ ਇੰਨੀ ਗੱਲ ਕੀ ਅਸੀਂ ਪਾਰਟੀਆਂ 'ਚ ਕੰਮ ਕਰਦੇ ਹੈਗੇ ਹਾਂ ਅਤੇ ਸਾਡਾ ਪਾਰਟੀਆਂ 'ਚ ਅਸੀਂ ਕਿਧਰੇ ਕੋਈ ਸਹਿਜ਼ਾਦੇ ਜਾਂ ਉੱਪਰੋਂ ਥੋੜ੍ਹੀ ਉਤਰ ਕੇ ਆਏ ਹਾਂ ਇਸ ਗਰੀਬੀ 'ਚੋਂ ਹੀ ਆਏ ਵੀ ਗਰੀਬ ਹੈ ਜਿਹੜਾ ਗਰੀਬ ਵਰਗ ਤੁਹਾਡੇ ਤੋਂ ਪਾਸੇ ਹੋ ਗਿਆ ਸੀ ਉਹਨੂੰ ਨੇੜੇ ਲਿਆਉਣ ਲਈ ਤੁਸੀਂ ਕਿਹਾ ਨਹੀਂ ਤੁਸੀਂ ਇਹ ਕਹਿ ਰਹੇ ਹੈਗੇ ਕਿ ਪਾਸੇ ਹੋ ਗਿਆ ਸੀ ਨਹੀਂ ਦੇਖੋ ਮੈਂ ਕਾਂਗਰਸ ਆਪ ਮੰਥਨ ਕਰ ਦਿੱਤੀ ਕਾਂਗਰਸ ਗਰੀਬ ਸਾਡੇ ਤੋਂ ਪਾਸੇ ਹਟ ਗਿਆ ਮੰਥਨ ਦੇਖੋ ਗੱਲ ਇਹ ਹੁੰਦੀ ਹੈ ਕਿ ਸਰਕਾਰਾਂ ਬਣਦੀਆਂ ਨੇ ਜੇ 56 ਸਾਲ ਦੇ ਅੰਦਰ ਕਾਂਗਰਸ ਨੇ ਰਾਜ ਕੀਤਾ ਤੇ ਗਰੀਬਾਂ ਦੀ ਵੋਟ ਸੀ ਤੇ ਜੇ ਗਰੀਬਾਂ ਨੇ ਇਹ ਵੋਟ ਨਹੀਂ ਠੀਕ ਸਮਝਿਆ ਤੇ ਇਹਨਾਂ ਨੂੰ ਦਿੱਤੀ ਤੇ ਜੇ ਇਹਨਾਂ ਨੇ ਕੰਮ ਨਹੀਂ ਕੀਤਾ ਤੋੜਦਾ ਕਰ ਦੇਣਗੇ ਇਹਨਾਂ ਨੂੰ ਮੈਂ ਛੋਟਾ ਜਿਹਾ ਜਵਾਬ ਦੇ ਦਿੰਦਾ ਇਹਨਾਂ ਦੀ ਗੱਲ ਦਾ ਪਿਛਲੇ ਜਦੋਂ ਦੀ ਕਾਂਗਰਸ ਆਈ ਹੈ ਚਾਹੇ ਇੰਦਰਾ ਗਾਂਧੀ ਸੀ ਚਾਹੇ ਰਾਜੀਵ ਗਾਂਧੀ ਸੀ ਜਾਂ ਉਸ ਤੋਂ ਬਾਅਦ ਜੇ ਲੋਕ ਆਏ ਇਹਨਾਂ ਨੇ ਸਿਰਫ ਆਪਣੀ ਗਰੀਬੀ ਮਿਟਾਈ ਹੈ ਨਹੀਂ ਤਾਂ ਇੰਨੇ ਹਜ਼ਾਰਾਂ ਲੱਖਾਂ ਕਰੋੜਾਂ ਦੇ ਜਿਹੜੇ ਕਪੜੇ ਹੋਏ ਨੇ ਇਹ ਨਾ ਹੁੰਦੇ ਔਰ ਜੀਜਾ ਜੀ ਵਰਗੇ ਜਿਹੜੇ ਨੰਗ ਆਏ ਸੀਗੇ ਉਹਨਾਂ ਦੀ ਗਰੀਬੀ ਨਾ ਮੁੱਕਦੀ ਅੱਜ ਕਰੋੜਾਂ ਦੇ ਵਿੱਚ ਤੁਹਾਨੂੰ ਕਹਾਂਗਾ ਤੁਸੀਂ ਆਦਮ ਨਾਲ ਗੱਲ ਕਰੋ ਐਦਾਂ ਦੀ ਚੰਗਾ ਕਰ ਲਿਆ ਤੁਸੀਂ ਤਾਂ ਮਹਾ ਨੰਗੇ ਹੋ ਜੇ ਤੁਸੀਂ ਉਹਨਾਂ ਨੰਗ ਕਰਦੇ ਤੁਸੀਂ ਕੀ ਕਰ ਲਿਆ ਹੈਗਾ ਕੋਈ ਆਦੋ ਵੀ ਤੁਸੀਂ ਕੀ ਕਰ ਲਿਆ ਲੁੱਟ ਕੇ ਖਾ ਕੇ ਤੁਸੀਂ ਹਿੰਦੁਸਤਾਨ ਸਾਰਾ ਅੱਜ ਈਡੀ ਦੇ ਕਿਹੜੇ ਆਉਂਦੇ ਫਿਰਦੇ ਨੇ ਤੁਸੀਂ ਹਿੰਦੁਸਤਾਨੀ ਲੁੱਟ ਕੇ ਖਾ ਕੇ ਸਾਰਾ ਯਾਰ ਆਦੋ ਵੀ ਤੁਸੀਂ ਸਾਡੇ 3 ਲੱਖ ਰੁਪਏ ਤੁਸੀਂ 1 ਲੱਖ 70 ਹਜ਼ਾਰ ਤੁਸੀਂ ਇੱਕ ਮਿੰਟ ਪਲੀਜ਼ ਤੁਸੀਂ 11 ਬੰਦੇ ਹਿੰਦੁਸਤਾਨ ਚੋਂ ਭੱਜ ਗਏ ਕਰੋੜਾਂ ਰੁਪਏ
सवाल कोई नहीं करता पे मुल्क गरीब होया क्यों बिलकुल ठीक है पहली गल यह है भी जब देश आजाद होया उदों जो गुरबत सी उस तो असं अगे टप्पिया पर जो कोई कहे भी कन्या इंडस्ट्री बना देने नाल जां होर नाल किसानी का जिहड़ा खेती का हिस्सा सी जीडीपी दे विच वो 51% सी अज 14% रह गया यह देश किसानां दा सी कहने आ असी जय जवान जय किसान दा नारे भी दिंदे रहे आ पर असी किसानी का ध्यान नहीं करिया ना खेत मजदूर का ध्यान करिया एक तो यह गल है दूजी गल मैं दोहां चों आपां देख ही लईए डिबेट दा जो है बीजेपी नूं 31% वोट मिली है कांग्रेस नूं 19% मिली सी आफ्टर जे सारे गरीब कांग्रेस नूं दिंदे हुंदे वोट तो फिर नहीं मिलनी चाहिए सी बीजेपी नूं 31% हुण शिफ्ट हो जाए वक्री गल है दूजी गल इन्हां दा जिहड़ा कहना भी नहीं वो फलाना रुट के हैगा फलाना रुट के हैगा वो कहानियां दोनों पासे दीआं हैगीआं ने सारिआं कोल ने कोई इक कोल नहीं हैगीआं ते किने लुट्टा किनू लुट्टा सब लोकां नूं पता ये जो करप्शन करके मुल्क दी आबादी गरीब होई है जिहड़ी मैं वड्डी गल ते आउणा अज्ज सानूं लोड़ इह है तुसीं राइट नहीं फोकस करिआ प्रोफेसर मनजीत सिंह जी ने राइटी फोकस करिया है अज गेम शिफ्ट होने की लड़ है कि साडियां जिहड़ियां समस्यावां ने चोण उते लड़ी जाए ना कि किसी धर्म के नाते जात के नाते किसी सेंटीमेंटल इशू के नाते ये मुल्क बहुत पुराना है 5000 साल पुराने मुल्क यानी कि साडी पॉलिटिक्स है एजेंडे ते वापस आ रही है बिल्कुल आना चाहिए चलो आ रही है चलो चंगी गल हैगी बहुत धन्यवाद गर्ग साहब तुहाडा पुलर साहब तुहाडा बाली साहब तुहाडा प्रोफेसर मनजीत सिंह तुहाडा बहुत धन्यवाद किस दी मन्ने गरीब गरीब तो सारे की मनता है वोटा भी दिता है पर गरंटी देने वाले आ जे आपके वादे पूरे करे सवाल उन्होंने हैगा पता नहीं सरकार कहती आनी है जे सरकार किसी की आए गरीबी खत्म करनी हर एक मुद्दा होना चाहिए एजेंडे ते पॉलिटिक्स होनी चाहिए है जे एजेंडा राष्ट्रवाद तो पासे आके इधर आया है तो बहुत चंगी गल हैगी राष्ट्रवाद तो सेना तो होर कई जुमलेबाजी तो इल्जाम तराशी तो जे एजेंडा शिफ्ट हो रहा तो शायद सानू इस एजेंडे ते वध तो वध डिबेट करनी चाहिए है पता नहीं कौन कौन करेगा सवाल उन्होंने भी है बहुत धन्यवाद